ਇਹ ਕੀ ਮੈਚ ਹੈ? ਜੱਸੇ ਦਾ ਮੈਚ ਭਾਈ, ਇੱਕ ਨੰਬਰ ਗਰਾਊਂਡ 'ਤੇ ਆ, ਆਨਲਾਈਨ ਵਾਲੀਬਾਲ ਸ਼ੂਟਿੰਗ 001 'ਤੇ ਆ। ਇੱਦਾਂ ਦਾ ਵੀ ਲਾਈਵ ਹੈ, ਸ਼ੂਟ ਨਹੀਂ ਆਇਆ ਬਾਈ? ਨਹੀਂ ਬਾਈ, ਬਾਬਿਆ ਨਹੀਂ ਆਇਆ। ਕੋਨੀ ਕਿਧਰ ਗਿਆ? ਵਾਲੀਬਾਲ 001 ਸੋਨੀ ਆਉਂਦਾ ਬਈ, ਸਾਰਾ ਕਮੈਂਟ ਪੜ ਲੂ ਆ ਕੇ ਬਾਈ। ਉਹ ਸ਼ੂਟ ਨਹੀਂ ਆਇਆ ਬਾਈ, ਕਾਲਾ ਆਇਆ ਬਾਈ, ਲਾਲੀ ਆ। ਜਸ਼ਨ ਦਿਓਰ ਨਹੀਂ ਆਇਆ ਬਾਈ, ਆਸ਼ੀਸ਼ ਨਹੀਂ ਆਇਆ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ। ਇੱਕ ਪਾਸੇ ਇਹਦੀ ਟੀਮ ਬੜੀ ਮੰਨੀ ਪ੍ਰਵੰਨੀ ਟੀਮ ਹੈ, ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਫਿਰ ਮੈਦਾਨ ਦੇ ਵਿੱਚ ਖੜਵਾਲੀ ਤੇ ਯੋਗਪੁਰ ਇਹਦੀ ਜਿੱਤ ਗਈ। ਅੱਗੇ ਆਨੰਦਗੜ੍ਹ ਦੇ ਨਾਲ ਕਹਿੰਦੇ ਸੋਮੀ ਖੇਡਿਆ ਜਾਣਾ ਹੈ। ਇੱਧਰ ਪਹਿਲਾ ਸੋਮੀ ਜਨਾਲ ਤੇ ਰੌਸਰ ਦੀਆਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ। ਜਨਾਲ ਤੇ ਰੌਸਰ ਦੀਆਂ ਟੀਮਾਂ ਵਾਲੀਬਾਲ 001 ਆ ਬਾਈ। ਆਰੇ 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 ਆਰੇ
ਹਾਂਜੀ ਹਾਂਜੀ ਸੌਰਵ ਵੀਰੇ ਸੌਰੀ ਯਾਰ, ਮੈਂ ਉਧਰ ਕਰਨ ਲੱਗ ਗਿਆ ਸੀ ਥੋੜਾ ਜਿਹਾ। ਫਿਲਹਾਲ ਜੀ ਮੈਂ ਚਿਰਾਜ ਸਾਹਿਬ ਤੋਂ ਜਨਾਲ ਪਹਿਲਾ ਸੈਮੀ ਇਹ ਟੱਕਰ ਕਹਿੰਦੇ ਸਿਰੇ ਦੀ ਹੋਣੀ ਹੈ ਪਹਿਲੇ ਸੈਮੀ ਦੀ। ਓਕੇ ਓਕੇ ਵੀਰੇ ਸੌਰਵ ਕਰਾਉਣਾ ਮੈਂ ਅਨਾਊਂਸਮੈਂਟ। ਇੱਕ ਤੇ ਲਾਈਵ ਵੀਰੇ ਬਾਲੀਵਾਲ ਲਾਈਵ 001 ਆ ਵੀਰੇ। ਸਰ ਕਰਦਿਆਂ ਵੀਰੇ ਅਨਾਊਂਸਮੈਂਟ, ਮੈਂ ਬੁਲਾਲਾ ਨੰਬਰਦਾਰ ਮਾੜਾ ਜਿਹਾ ਰੋਟੀ ਖਾ ਰਿਹਾ ਸੀ। ਲੰਬੜਦਾਰ ਬਾਈ, ਲੰਬੜਦਾਰ ਲੰਬੜਦਾਰ ਜੀ ਕੱਟ ਦੇ ਹੁਣ ਬਹੁਤ ਸਮਾਂ ਹੋ ਗਿਆ ਭਰਾ, ਹਾਜ਼ਰ ਕਰਾਂ ਜਲਦੀ ਦੇ ਨਾਲ ਲੰਬੜਦਾਰ। ਜੱਸੇ ਦਾ ਮੈਚ ਚੱਲ ਰਿਹਾ ਗਾ ਵੀਰੇ ਇੱਕ ਨੰਬਰ ਤੇ ਬਾਲੀਵਾਲ ਲਾਈਵ 001 ਪੇਜ ਤੇ ਵੀਰੇ। ਪੁਆਇੰਟ ਪਹੁੰਚਦੇ ਵੀਰੇ, ਕਿੰਨੇ ਹੋ ਗਏ ਬਾਈ ਪੁਆਇੰਟ? 3-0 ਜੀ ਖੜਵਾਲੀ, 3 ਖੜਵਾਲੀ ਦੇ 3 ਨੇ ਵੀਰੇ। ਜੋਧਪੁਰੀਆਂ ਦਾ ਖਾਤਾ ਨਹੀਂ ਖੁੱਲਿਆ ਹਜੇ। ਲੰਬੜਦਾਰ ਆ ਜਾ ਵੀਰੇ, ਐ ਦੇਖ ਲਓ ਵੀ 10 ਵਜੇ ਨੂੰ ਆਪਾਂ ਕਿੱਥੇ ਮੈਚ ਲਾ ਲੇ। ਕੈਮਰੇ ਸਾਹਮਣੇ ਖੜਵਾਲੀ ਦੀ ਟੀਮ ਆ ਵੀਰੇ। ਜੱਸੇ ਦਾ ਮੈਚ ਆ ਵੀਰੇ ਬਾਲੀਵਾਲ ਲਾਈਵ 001 ਪੇਜ ਤੇ ਚੱਲਦਾ। ਆਏ ਦੀ ਬਾਈ ਜੌਂਟੀ ਵੀ ਆਈ, ਨਵਾਬ ਵੀ ਆਏ ਸੀ, ਰਵੀ ਸੈਮੀ ਦੇ ਵਿੱਚ ਆ, ਜੌਂਟੀ ਤੇ ਨਵਾਬ ਹਾਰ ਗਏ ਵੀਰੇ। ਆ ਸੀ ਇੱਥੇ ਪਾਣੀ ਜਿਹਾ ਪੀਂਦਾ ਸੀ ਉਰੇ ਯਾਰ। ਬਹੁਤ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਮੇਰੇ ਪੰਜਾਬੀ ਵੀਰੇ। ਕੋਚ ਕਹਿੰਦੇ ਯੋਧਪੁਰ ਦੀ ਧਰਤੀ, ਮੁੰਡਾ ਹਰਿਆਣੇ ਵਾਲਾ, ਇੱਕ ਰੋਪਕ ਦਾ ਇਲਾਕਾ ਹੈ। ਖੜਵਾਲੀ ਦੀ ਟੀਮ ਵੀ ਕਹਿੰਦੇ ਬਹੁਤ ਸੋਹਣਾ ਖੇਡ ਰਹੀ ਹੈ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਜੋ ਫਰੋਟੋ ਕਲੱਬ ਬਰਜੋਰੀ ਦੀ ਤਰਫੋਂ, ਉਹ ਦੂਜਾ ਜਿਹੜਾ ਬਾਲੀਵਾਲ ਦਾ ਮਹਾਕੁੰਭ ਅੱਜ ਬਰਜੋਰੀ ਦੇ ਖੇਡ ਮੈਦਾਨ ਦੇ ਵਿੱਚ ਆਪਾਂ ਤੱਕ ਰਹੇ ਹਾਂ। ਰਾਏਕੋਟ ਦਾ ਇਲਾਕਾ ਹੈ, ਪੁੱਤਰਾਂ ਦੇ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਰਨਾਂ ਦੀ ਚਰਨ ਮੁਬਾਰਕ ਧਰਤੀ, ਬੜਾ ਇਤਿਹਾਸਕ ਇਲਾਕਾ ਹੈ, ਵੱਡੇ ਵੱਡੇ ਖਿਡਾਰੀ ਪੈਦਾ ਕੀਤੇ ਹੈ। ਅੱਜ ਬਰਜੋਰੀ ਦਾ ਕਹਿੰਦੇ ਕੁਆਟਰ ਮੈਚ ਖੇਡਿਆ ਜਾ ਰਿਹਾ ਹੈ,
ਨੰਬਰ ਤਿੰਨ ਮੈਦਾਨ ਦੇ ਵਿੱਚ ਯੋਗਪੁਰ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ। ਮੈਚ ਹੋਣਗੇ ਟਿਕਾਣੇ ਜੱਟ ਆਉਣਗੇ, ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ, ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਣੇ, ਕੋਈ ਮਿੱਤਰੀ ਵੜੇਵੇ ਖਾਣੀ, ਡਾਂਗ ਉੱਤੇ ਡੇਰਾ ਜੱਟਦਾ, ਇਹ ਗੱਲ ਦਾ ਝੂਠ ਨਾ ਜਾਣੀ, ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸਣੇ, ਕੋਈ ਮਿੱਤਰੀ ਵੜਾਵੇ ਖਾਣੀ। ਦੋਨੋਂ ਟੀਮਾਂ ਕਹਿੰਦੇ ਹਰਿਆਣੇ ਨੇ ਖੇਡ ਰਹੀਆਂ, ਨੰਬਰ ਵਨ ਹਰਿਆਣਾ ਤੋਂ ਦਹੀਂ ਕਾ ਖਾਣਾ, ਹਾਊ ਨੰਬਰ ਵਨ ਹਰਿਆਣਾ ਹੈ। ਮੁੰਡੇ ਕਹਿੰਦੇ ਹਰਿਆਣੇ ਵਾਲੇ ਪੱਲੇ ਪੱਲੇ ਕਰਵਾਈ ਤੁਰੇ ਆਉਂਦੇ ਹੈ, ਵੱਡਾ ਮੈਚ ਅੱਜ ਦਿਨ ਤੱਕ ਖੇਡਿਆ ਜਾ ਰਿਹਾ। ਟੀਮ ਇੱਧਰ ਕਹਿੰਦੇ ਜਨਾਲ ਦੀ ਵੀ ਮੰਡੀ ਪ੍ਰਬੰਧੀ ਹੈ, ਜੱਸੀ ਗੁੱਜਰਾਂ ਵਾਲਾ ਖੇਡ ਰਿਹਾ ਹੈ। ਦੂਜੇ ਪਾਸੇ ਕਹਿੰਦੇ ਰਹਿਸਰ ਵਾਲੇ ਮੁੰਡੇ ਬਹਾਦਰ ਗੜੀਆ ਰਵੀ ਪਹਿਲੀ ਸਰਵੇ ਕਰਨ ਲਈ ਤਿਆਰ ਬਰ ਤਿਆਰ ਹੈ, ਪਹਿਲੀ ਸੇਮੀ ਦੀ ਪਹਿਲੀ ਸਰਵੇ ਖੇਡ ਮੈਦਾਨ ਦੇ ਵਿੱਚ। ਆਓ ਜੋਗ ਪ੍ਰਿਆ ਕੋਚ ਉੱਚਾ ਲੰਬਾ ਕੱਦ ਵਿੱਚ ਖੇਡ ਮੈਦਾਨ ਦੇ ਵਿੱਚ ਗੁਰਪ੍ਰੀਤ ਜੀ ਬੋਲੇ ਹੈ, ਉੱਚਾ ਲੰਬਾ ਕੱਦ ਵਿੱਚ ਜਾਣ ਹੈ ਬੜੀ ਰਹਿ ਕੋਟ ਕੋਲ ਇਹਦਾ ਪਿੰਡ ਹੈ ਬੁਰਜ ਹਰੀ। ਪਹਾੜੀ ਟਿਕਾਣੇ ਲੱਗੂਗੀ ਉਧਰੋਂ, ਕਹਿੰਦੇ ਭਰਾਏ ਸਾਡਾ ਬੁਰਜ ਹਰੀ ਵਾਲਾ, ਕਹਿੰਦੇ ਗੁਰਪ੍ਰੀਤ ਬੁਰਜ ਹਰੀ ਸਿੰਘ ਹੈ, ਗੁਰਪ੍ਰੀਤ ਨਾਲ ਮੇਰੀ ਕਹਿੰਦੇ ਸ਼ਾਨ ਹੈ ਭਰਾ ਸਾਡਾ, ਉਹ ਵੀ ਭਰਾ ਸਾਡਾ ਕਹਿੰਦਾ ਵੀ ਸਾਡੇ ਕਲੱਬ ਦੇ ਨਾਲ ਭਰਾ ਸਾਡੇ ਸੁੱਖਾ ਆਸਟ੍ਰੇਲੀਆ ਵਾਲਾ, ਕਿਰਤਾ ਆਸਟ੍ਰੇਲੀਆ ਵਾਲਾ, ਬਾਈ ਅਮਰਜੀਤ ਆਸਟ੍ਰੇਲੀਆ, ਤੇ ਬਾਈ ਪੱਤੋ ਵਾਲਾ ਸਾਡਾ ਵੀਰ ਅਮਰਜੀਤ ਹੈ, ਤੇ ਬਾਈ ਕਹਿੰਦੇ ਗੁਰਦੀਪ ਸਿੱਧੂ ਹਿੰਮਤ ਬਰਾ, ਤੇ ਬਾਈ ਮੱਖਣ ਸੇਧੋ, ਇਹ ਭਰਾ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ। ਹੁਣ ਵੱਡਾ ਧੰਨਵਾਦ ਇਹਨਾਂ ਵੀਰਾਂ ਦਾ, ਸੁੱਖਾ ਆਸਟ੍ਰੇਲੀਆ, ਬਾਈ ਤੁਰਤ ਆਸਟ੍ਰੇਲੀਆ, ਅਮਰਜੀਤ ਪੱਤੋ, ਗੁਰਦੀਪ ਸਿੱਧੂ ਹਿੰਮਤ ਬਰਾ ਦੇ ਨਾਲ ਸਾਨੂੰ ਫਕਰ ਪੋਸਟਾਂ ਤੇ ਹੁਣ ਯਾਰੀ ਸਾਡੀ ਦੇ ਚਿਰਕੇ ਤੇ ਰਾੜੇ ਖੇਲੇ ਸੌ ਰੱਬ ਦੀ, ਸੱਚੇ ਯਾਰ ਨੀ ਜਾਂਦੇ ਪਰਖੇ, ਰਾੜੇ ਖੇਲੇ ਸੌ ਰੱਬ ਦੀ, ਸੱਚੇ ਯਾਰ ਨੀ ਜਾਂਦੇ ਪਰਖੇ। ਬਹੁਤ ਵੱਡਾ ਧੰਨਵਾਦ ਹੈ, ਇਹ ਭਰਾ ਕਹਿੰਦੇ ਭਰਾਵਾਂ ਦਾ ਪਿਆਰ ਹੈ, ਤੇ ਨਾਲ ਹੀ ਬਈ ਸੀਪੜਾ ਦਾ ਆਸਟ੍ਰੇਲੀਆ ਦਾ ਬਈ ਤੀਤੋ ਨੀ ਕਨੇਡਾ ਨੇ। ਹੋਰ ਵੱਡਾ ਮੈਂ ਧੰਨਵਾਦ ਕਰਦਾ ਅੱਜ ਦਾ ਇਹ ਵੱਡਾ ਮੇਲਾ ਜਿਹੜੇ ਵੀਰਾਂ ਨੇ ਕਰਵਾ ਦਿੱਤਾ। ਆਹ ਕਹਿੰਦੇ ਟੱਕਰ ਵੱਡੀ ਆ ਖਰਵਾਲੀ ਵਾਲੇ ਮੁੰਡੇ ਆ, ਤੇ ਦੂਜੇ ਪਾਸੇ ਯੋੜਪੁਰੀ ਆ, ਉਧਰ ਰਾਇਸਰ ਦੀ ਟੀਮ ਆ, ਤੇ ਨਾਲ ਜਨਾਬ ਦੀ ਟੀਮ ਆ ਮੇਰੇ ਵੀਰੇ, ਉਧਰ ਵੀ ਟੱਕਰ ਕਹਿੰਦੇ ਵੱਡੀ ਖੇਡੀ ਜਾ ਰਹੀ ਆ। ਲਾਲੀ ਲਾਲੀ ਤੇ ਨੰਬਰ ਕਿੰਨੇ ਕਿੰਨੇ ਹੋ ਗਏ ਵਰਮੇ ਬਾਈ? ਤਿੰਨ ਤੇ ਚਾਰ, ਤਿੰਨ ਨੰਬਰ ਜਿਹੜੇ ਉਹ ਖਰਵਾਲੀ ਦੀ ਟੀਮ ਰਿਹਾ ਭਾਈ ਜੀ, ਤੇ ਚਾਰ ਨੰਬਰ ਆ ਜਿਹੜੇ ਲਾਵੀ ਉਹ ਮੇਰੇ ਵੀਰੇ ਯੋੜਪੁਰੀਆ ਦੀ ਟੀਮ ਨੇ ਵੀ ਕੈਨੇਡਾ ਲਿਆ ਵੀ ਆ ਰਿਹਾ, ਕਲਾਲੇ ਵਾਲਾ ਕਰਦੇ ਹੁੰਦੇ ਨੇ ਨੰਬਰਦਾਰ, ਉਹਨਾਂ ਨੇ ਵੀ ਤਗੜੀ ਕਬੱਡੀ ਖੇਡੀ ਆ, ਗੱਲਾਂ ਕਹਿੰਦੇ ਹੁੰਦੀਆਂ ਰਹੀਆਂ ਨੇ, ਕਰਦੇ ਵੱਡੇ ਆ, ਬਾਬਾ ਲੜਨਾ ਨਹੀਂ ਆਈ ਬਾਈ, ਖੇਡਦੇ ਰਹੇ ਆ, ਉਦੋਂ ਕਹਿੰਦੇ ਹੱਥ ਕਰਾਉਂਦੇ ਰਹੇ ਆ, ਜਦੋਂ ਮੇਰੇ ਵਰਗੇ ਬੱਸ ਨੂੰ ਪੀ ਕਹਿੰਦੇ ਹੁੰਦੇ ਸੀ, ਅਸੀਂ ਵੀ ਨਿੱਕੇ ਨਿੱਕੇ ਹੁੰਦੇ ਵੇਖਦੇ ਹੁੰਦੇ ਸੀ ਵੀ ਸੋਨੀ ਅੱਜ ਬੁਰਜਹਰੀ ਦੀ ਟੀਮ ਨੇ ਆਉਣਾ, ਤੇ ਮੇਰੇ ਮਿੱਤਰੋ ਟਹਿਲਕਾ ਮਚਾ ਕੇ ਰੱਖਿਆ ਦੁਨੀਆ ਭਰ ਗਲੰਬੀ ਵਾਲੇ ਸੰਦੀਪ ਦੀ ਲਵੀ ਛੰਡਿਆ, ਇਹ ਫੇਵਰੇਟ ਟੀਮ ਸੀਗੀ ਬੁਰਜ ਹਰੀ ਦੀ, ਬੁਰਜ ਹਰੀ ਸਿੰਘ ਪਿੰਡ ਮੇਰੇ ਮਿੱਤਰੋ ਦੁਨੀਆ ਭਰ ਦੇ ਵਿੱਚ ਲੈ ਵੀ ਸੀਧਾ ਹੀ ਪ੍ਰਸਿੱਧ ਕੀਤਾ ਹੋਇਆ ਭਰਾ ਸਾਡਿਆਂ ਨੇ, ਤੇ ਨਾਲ ਹੀ ਸੌਰਵ ਕਹਿੰਦੇ ਖਾੜੀ ਵਾਲਾ ਭਰਾ ਸਾਡਾ, ਉਹ ਵੀ ਲਾਈਵ ਜਿਹੜਾ ਬੈਠਾ ਖਾੜੀਆ ਪਿੰਡ ਜਿਹੜੇ ਹਰਿਆਣੇ ਦਾ ਪਿੰਡ, ਹਰਿਆਣੇ ਦਾ ਕਹਿੰਦੇ ਸਿਰਸੇ ਜ਼ਿਲ੍ਹੇ ਦਾ ਪਿੰਡ ਹੈ, ਤੇ ਭਰਾ ਸਾਡਾ ਕਹਿੰਦੇ
ਲਾਈਵ ਜੁੜਿਆ ਹੋਇਆ ਗੱਲਾਂ ਕਹਿੰਦੇ ਹੁੰਦੀਆਂ ਨੇ ਤੇ ਵੀਰ ਸਾਡਾ ਮਾਹੌਲ ਤੋਂ ਕਦੇ ਸੋਨੀ ਦਾ ਤੇ ਇਹਨਾਂ ਫੁੱਲਾਂ ਦਾ ਮਾਣ ਆਪਾਂ ਭੁੱਤਰ ਦੇ ਮੇਲੇ ਤੇ ਹਰਿਆਣੇ ਦੇ ਵਿੱਚ ਕਰਾਂਗੇ। ਮਾਣ ਵੱਡੇ ਸਨਮਾਨ ਹੋਣਗੇ ਵਾਲਾ ਸਾਡੇ ਪ੍ਰਿੰਸ ਸਾਡਾ ਵੀਰ ਹੈ ਜਲਾਲ ਦੀ ਵਾਲੀ ਤੇ ਨਾਲ ਮਾਸਟਰ ਵੀ ਹੈ ਜਲਾਲ ਦੀ ਵਾਲੀ ਨਾਲ ਹਰੀ ਸਾਡਾ ਵੀਰ ਪੰਜਾਬ ਫੰਡਰ ਕਲੱਬ ਕਹਿੰਦੇ ਆਸਟ੍ਰੇਲੀਆ ਵਾਲਾ ਗੱਲਾਂ ਹੁੰਦੀਆਂ ਨੇ ਭਰਾ ਵੀ ਲਾਈਵ ਜਿਹੜੇ ਬੈਠੇ ਮਾਸਟਰ ਜਲਾਲ ਦੀ ਵਾਲ ਪਲੱਸ ਰਾਜਗੜ੍ਹ ਮਾਸਟਰ ਰਾਜਗੜ੍ਹ ਆਇਆ ਨੀ ਮਾਸਟਰ ਦੀ ਹਾਜ਼ਰੀ ਤੇ ਜ਼ਰੂਰ ਚਾਹੀਦੀ ਸੀ ਇਲਾਕੇ ਦਾ ਟੂਰਨਾਮੈਂਟ ਹੈ ਅੱਜ ਕੋਈ ਜ਼ਰੂਰ ਗੇਮਾ ਹੋਣਾ ਉਹ ਤੇ ਮਾਸਟਰ ਰਾਜਗੜ੍ਹ ਨੇ ਆਉਣਾ ਜ਼ਰੂਰ ਸੀ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਟੱਕਰ ਬੜੀ ਜਾਂਦਾਰ ਹੈ ਦੋਨੋ ਟੀਮਾਂ ਬੜੀਆਂ ਮੰਨੀਆਂ ਪ੍ਰਬੰਧੀਆਂ ਟੀਮਾਂ ਹੈ ਰੱਟ ਸਾਹਿਬ ਦੀ ਚੁਗਲ ਚੌਪਾ ਹੋ ਗਿਆ ਨਵੀਂ ਪੀੜ੍ਹੀ ਮਾਨਸੀ ਮੋਬਾਇਲ ਨੇ ਰੱਟ ਗੇੜੇ ਚੀ ਮਿੱਤਰਾ ਦਿਮਾਗ ਚ ਕੰਮ ਕਰਨਾ ਕੀ ਪੋਚੇ ਫਰਨੈਲ ਨੇ ਤੂੰ ਬਖਸ਼ੀ ਸਮਰਥ ਮੇਰੇ ਬਾਬਾ ਨਾਨਕਾ ਲੰਡਾ ਪੀਣੇ ਦਾ ਗਵਾਹ ਨਾ ਬਣੇ ਆਓ ਚਾਚੇ ਦੇ ਪਿਓੜੀ ਕਦੇ ਲਾਈਦਾ ਮਾਸੀ ਕਦੇ ਨਾ ਨਾ ਬਣੇ ਚਾਚੇ ਦੇ ਪਿਓੜੀ ਕਦੇ ਲੱਭਦਾ ਤੇ ਮਾਸੀ ਕਦੇ ਨਾਣਾ ਬਣੇ ਨਵੀਂ ਪੀਪੇ ਬਈ ਮੁਬਾਰਕਾਂ ਨੇ ਬੋਰਡ ਦੇ ਸਾਡੇ ਸੀ ਬਈ ਭਰਾ ਸਾਡਾ ਨੇ ਚਰਚੇ ਹੋ ਗਏ ਕੁੜੀਆਂ ਭਰ ਦੇ ਵਿੱਚ ਲੈ ਵੀ ਫੇਰੇ ਸਟਾਰ ਅੱਜ ਵੀਰ ਸਾਡਿਆਂ ਨੇ ਸੱਦੇ ਲਈ ਸੀ ਬਾਈ ਤੁਸੀਂ ਇੰਨਾ ਮਗਰ ਵੀ ਲੋਕੀ 50-50 ਹਜ਼ਾਰ ਚੱਕੀ ਫਿਰਦੇ ਆ ਵੀ ਸਾਡੇ ਮੇਲੇ ਦੇ ਪੋਚੋ ਅੱਜ ਕਹਿੰਦੇ ਸਟਾਰ ਨੱਥੋ ਵਾਲੀਏ ਕਹਿੰਦੇ ਬਰਮੇ ਦਾ ਬਹੁਤ ਜ਼ੋਰ ਲੱਗਿਆ ਨੱਥੋ ਵਾਲੀਏ ਬਰਮੇ ਨੇ ਤੇ ਮੇਰੇ ਤੋਂ ਪਾਕਿਸਤਾਨ ਤੱਕ ਦੇ ਪਲੇਅਰਾਂ ਦੇ ਨੰਬਰ ਮੰਗਾ ਲਏ ਬਰਮਾ ਦੇ ਬਰਮਾ ਹੀ ਹੈ ਉਹ ਚਰਚੇ ਕਹਿੰਦੇ ਵੱਡੇ ਹੁੰਦੇ ਆ ਖਾਰੀ ਵਾਲਾ ਸਰਵ ਲਾਈ ਜਿਹੜਾ ਬੈਠੇ ਨਾ ਮੈਂ ਚੰਗਾ ਬੂਟੇ ਕਰੀ ਗੱਲ ਬਾਈ ਸਕੋਰ ਕੀ ਆ ਆਨੰਦਗੜ੍ਹੀ ਆ ਵੀਰੇ ਚਾਰ ਪੰਜ ਕਹਿੰਦੇ ਚਰਚੇ ਵੱਡੇ ਹੋਏ ਮੁੰਡਿਆਂ ਦੇ ਇੱਧਰ ਚਾਰ ਆ ਉੱਧਰ ਪੰਜ ਆ ਇੱਧਰ ਚਾਰ ਤਿੰਨ ਉੱਧਰ ਪੰਜ ਤਿੰਨ ਪੰਜ ਆ ਵੀਰੇ ਜੱਸੇ ਦਾ ਮੈਚ ਵੀਰੇ ਚਾਰ ਤੋਂ ਪੰਜ ਦੀ ਟੱਕਰ 0-1 ਪੇ ਤੇ ਚੱਲਦਾ ਵੀਰੇ ਲਾਈਵ 0-0 ਬਾਲੀਵਾਲ ਕੱਚੀ ਲਾਈਵ 0-0 ਤਿੰਨ ਤੋਂ ਪੰਜ ਦੀ ਟੱਕਰ ਹੈ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ ਅਗਲੀ ਸਰਵਿਸ ਹੋਰ ਕਰਦੀ ਹੈ ਮੁੰਡੇ ਨੇ ਭਾਈ ਨੇ ਪੁੱਤੋਂ ਦੀ ਯਾਦ ਹੋਣੀ ਹੈ ਕਰਦਾ ਉਹ ਗਾਲ ਸਕੀ ਭੈਣ ਨੂੰ ਜਿਹਨੇ ਪਿਓ ਦੀ ਤਾਲੀ ਨੂੰ ਹੱਥ ਪਾ ਲਿਆ ਵੱਡਾ ਖੜਾ ਹੋ ਗਿਆ ਪੁੱਤ ਕਹਿਣ ਨੂੰ ਆਹ ਪਾਉਣ ਸੌਣ ਗਲੀਆਂ ਚ ਬੜੇ ਫਿਰਦੇ ਜੰਮਣ ਨੀ ਮਾਨਕ ਤੋਂ ਸਿੰਦੇ ਸੋਹਣਿਆ ਮਾਮੜੀ ਦੇ ਛਾਤੀ ਵਿੱਚੋਂ ਮਿਲਦੀ ਤਾਂ ਰਹੀ ਹੈ ਤੇ ਉਹ ਪੈਕਟਾਂ ਦੇ ਦੁੱਧ ਕਿੱਥੋਂ ਦਿੰਦੇ ਸੋਹਣਿਆ ਗੱਲਾਂ ਕਦੇ ਹੁੰਦੀਆਂ ਨੇ ਯਾਰੀਆਂ ਨੇ ਭਰਾ ਸਾਡੇ ਰਹੀਆਂ ਬਈ ਪੀਤਾ ਬੈਠਾ ਐਨ ਗੱਲਾਂ ਹੁੰਦੀਆਂ ਨੇ ਯਾਰੀਏ ਕਲਾਲੇ ਵਾਲਾ ਕਹਿੰਦੇ ਬਾਈ ਗੁੱਸਾ ਹੋਇਆ ਪੂਰੀਆਂ ਰਿਸ਼ਤੇਦਾਰੀਆਂ ਨੇ ਤੇ ਮੈਨੂੰ ਲੱਗਦਾ ਵੀ ਮਾਮੇ ਭੂਆ ਦੇ ਪੁੱਤ ਨੇ ਤੇ ਚਰਦੇ ਹੁੰਦੇ ਆ ਤੇ ਨਵੀਂ ਪੀਤਿਆ ਬਿਮਾਰ ਪਿੰਡ ਰਾਏਕੋਟ ਪੈ ਜਾਂਦਾ ਤੇ ਗੁੱਸੇ ਦੀ ਥੋੜੀ ਪੂਰੀ ਰਿਸ਼ਤੇਦਾਰੀ ਪੈਂਦੀ ਆ ਰਾਏਕੋਟ ਦੇ ਵਿੱਚ ਵੀ ਤੇ ਨਾਲ ਹੀ ਬਈ ਸੋਨਾ ਪੱਤੋ ਹਰਜੀਤ ਭਦੇੜ ਤੇ ਨਾਲ ਹੀ ਮੇਰੇ ਮਿੱਤਰੋ ਗੱਲਾਂ ਹੁੰਦੀਆਂ ਨੇ ਗੁਰਪ੍ਰੀਤ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੁਰ ਖੜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਧਰੋਂ ਖਾਰੀ ਵਾਲਾ ਸਾਰੋ ਕਹਿੰਦਾ ਵੀ ਚੋਤਰ ਦੇ ਟੂਰਨਾਮੈਂਟ ਤੇ ਮਨੋਜ ਦਾ ਵੱਡਾ ਸਨਮਾਨ ਕਰਨਾ ਆਪਾਂ ਤੇ ਨਾਲ ਹੀ ਸੋਨੀ ਦਾ ਮਾਲਵਾ ਬੈਲਟ ਵਾਲੇ ਵੀਰ ਦਾ ਤੇ ਨਾਲ ਹੀ ਇਹਨਾਂ ਫੁੱਲਾਂ ਦਾ ਸਨਮਾਨ ਖਾਰੀ ਵਾਲਾ ਸਾਰਵਾ ਭਰਾ ਸਾਡਾ ਕਹਿੰਦੇ ਹਰਿਆਣੇ ਤੋਂ ਸਿੱਧੀਆਂ ਤਾਰਾਂ ਤੋੜੀ ਬੈਠਾ ਕਹਿੰਦਾ ਵੱਡੇ ਮਾਣ ਕਰ ਦੋਗੇ ਮਨੋਜ ਜਿੰਨੇ ਵੀ ਨੰਬਰ ਤੋੜੇ ਤੇ 500 ਦੇ ਰਹਿਗੇ।
ਸ਼ੇਰੂ ਨਹੀਂ ਆਇਆ ਵੀਰੇ, ਸ਼ੇਰੂ ਨਹੀਂ ਪਹੁੰਚਿਆ ਅੱਜ। ਅੱਧੀ ਰਾਤ ਨੂੰ ਹੋਈ ਆਪਾਂ ਮੈਚ, ਬਹੁਤ ਟਾਈਮ ਨਾਲ ਖੇਡਦੇ ਬਾਈ। ਹਾਂਜੀ ਕੁਲਵੀਰ ਸਿੰਘ ਸਾਡਾ ਵੀ, ਉਹ ਕਹਿੰਦਾ ਵੀ ਰਵੀ ਸਿੰਘ ਲੈਣ ਦੀ ਮਾਰੇ ਤੇ ਅਰਸ਼ 200 ਦੇ ਵੱਡੇ ਮਾਣ ਹੋਣਗੇ। ਬਾਈ ਗਗਨ ਹਰਪੇ ਕੈਦੀ ਸਾਡਾ ਵੀ, ਉਹ ਕਹਿੰਦਾ ਜੇ ਦੀਪ ਜਨਾਲ ਵਾਲਾ ਸਿੰਗਲ ਹੈਂਡ ਦੀ ਬਾਲ ਮਾਰੇ ਤੇ 100 ਦੇ ਵੱਡੇ ਮਾਣ ਹੋਣਗੇ। ਗਗਨ ਗਗਨ ਬਲਿਆਣਾ ਬਾਈ ਕਹਿੰਦਾ ਜੀ ਖਲਵਾੜੀ ਚੈੱਕ ਕਰਦੇ ਹਾਂ। ਲੱਖਾ ਕਲਾਰਾ ਸਾਡਾ ਵੀਰ, ਲੱਖਾ ਕਲਾਰਾ ਕਹਿੰਦਾ ਜਨਾਨ ਵਾਲੇ ਮੁੰਡਿਆਂ ਮੈਂ ਜਿੱਤਣਾ ਤੇ ਸਾਰੀ ਟੀਮ ਦਾ ਸਨਮਾਨ ਬਾਹਰ ਪੇਪਰਾਂ ਦੇ ਨਾਲ ਕਰ ਦਿਆਂਗੇ। ਚੱਲਦੇ ਜੀ ਕਰ ਦੇਣਾ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਅਰਸ਼ ਭਰਾ ਸਾਡਾ ਸੱਤੋਵਾਲੀਆ, ਫਿਰ ਉਹਦੇ ਨੱਥੋਵਾਲ, ਕਈ ਪਿੰਡ ਕਹਿੰਦੇ ਅਰਸ਼ ਨੂੰ ਪੈ ਜਾਂਦੇ ਆ, ਅਰਸ਼ ਦੇ ਕਹਿੰਦੇ ਕਈ ਪਿੰਡ ਦੇ ਨੱਥੋਵਾਲ, ਫਿਰ ਉਡਾਈਆਂ ਸੱਤੋਵਾਲ ਰਾਹੁਲ ਵਰਮਾ, ਪਰ ਮੇਰਾ ਜ਼ੋਰ ਬਾਹਰ ਲੱਗਿਆ ਹੋਇਆ ਸਿੱਧੇ ਤੇ ਕਹਾਣੀ ਕਹਿੰਦੇ ਟਿਕਾਣੇ ਲੱਗ ਗਏ। ਹਾਂਜੀ ਦੱਸੋ ਜੀ, ਅਨਾਊਂਸਮੈਂਟ ਆਈ ਸੀ ਕੋਈ? ਬਾਈ ਆਪਣਾ ਹੈਗਾ ਤੀ ਉਹ ਸੱਤਾ ਹਰ ਗਿਆ ਵੀਰੇ, ਹਰ ਗਿਆ ਸੱਤਾ। ਗਗਨ ਬਲਿਆਣਾ ਕਹਿੰਦਾ ਜੇ ਆਹ ਮੈਚ ਖੜਵਾਲੀ ਜਿੱਤੇ 500 ਰੁਪਿਆ ਦੇ। ਵਾਹ ਜੀ ਵਾਹ, ਗਗਨ ਬਲਿਆਣਾ ਵੀਰ ਕਹਿੰਦਾ ਜੇ ਖੜਵਾਲੀ ਵਾਲੇ ਮੁੰਡੇ ਆ ਮੈਚ ਜਿੱਤਣ ਦੇ 500 ਦਾ ਵੱਡੇ ਮਾਣ ਕਰਾਂਗੇ। ਭੁੱਲੂ ਤੋੜ ਗਈ ਪੱਟੀ ਪੁੱਟੀ, ਲੋਕਾਂ ਦੀ ਨਿਗਾਹ ਤੇਰੇ ਤੇ ਆ। ਆਓ ਸਾਹਮਣੇ ਆਓ, ਵਿੱਕੀ ਅੱਜ ਵੇਖਿਆ ਵੀ ਥੋੜੇ ਗੁੱਸੇ ਜਾ ਵਿੱਕੀ, ਆਓ ਗੱਲਾਂ ਕਹਿੰਦੇ ਖੜਵਾਲੀ ਵਾਲੇ ਤੁਲਸੀ ਏਰੀਆ ਦੇ, ਅੱਜ ਤੇ ਚਲਾਨ ਕੱਟੀ ਤੁਰਿਆ ਆਉਂਦਾ ਲਾ ਵੀ ਨੰਬਰ ਦੇ 10 ਹੋਣੇ ਵੀਰ, ਕਿੰਨੇ ਕਿੰਨੇ ਹੋ ਗਏ ਲੜ ਲਈ ਰੈਸਰ ਸੈਮੀ ਜਾ ਵੀਰੇ, ਸੈਮੀ ਚੱਲੀ ਜਾਂਦਾ ਜਨਾਲ ਨਾਲ ਰੈਸਰ ਦਾ ਵੀਰੇ। ਉਧਰ 5 ਸੱਤਾ ਹਰ ਗਿਆ ਸੀ ਦੀਪੇ ਵੀਰੇ, 4 ਨੰਬਰ ਕਹਿੰਦੇ ਰੈਸਰ ਨੂੰ ਪਹੁੰਚਾਣੀ ਮਰਦੀ ਆ ਤੇਰੀ ਰਾਜ ਸਿੰਘ ਜੋੜ ਜੋੜਪੁਰੀਆਂ ਦੇ ਆ ਟੀਮਾਂ ਦੇ ਟੀਮਾਂ ਨੇ ਪੀਪੇ ਪੋ ਮੇ ਹਰਾਈ ਜੀ 21000 21 ਹੈ ਸੀ ਭਾਈ ਟੀਮਾਂ ਦੇ 5 ਦੇ 3 ਨੇ ਹੋਏ 5 ਦੇ 3 ਟੱਕਰ ਲੈ ਵੀ ਦੱਸੇ ਵੱਡੀ ਹੋਈ ਹੋਈ ਆ ਕਲਾਲੇ ਵਾਲਾ ਕਹਿੰਦੇ ਬਾਈ ਦੱਸਾ ਆ ਹੋਇਆ ਰਾਜਕੋਟ ਵਾਲਾ ਤਿਰਤਾ ਕਹਿੰਦਾ ਵੀ ਗੱਲਾਂ ਹੋਣਗੀਆਂ ਯੂਕੇ ਦੇ ਵਿੱਚ ਤੇ ਕਰਦੇ ਕਹਿੰਦੇ ਵੱਡੇ ਨੇ ਮੇਰੇ ਮਿੱਤਰੋ ਆਓ ਕਹਿੰਦੇ ਭਰਾ ਸਾਡੇ ਤੋਂ ਨੈਣ ਬ੍ਰਦਰਸ ਰਵੀ ਸਰਪੰਚ ਖਾਰੀਆਂ ਮਾਣ ਕਰਾਂਗੇ ਚੇਤਰ ਦੇ ਟੂਰਨਾਮੈਂਟ ਦੇ ਲਈ ਸੋਨੀ ਗੱਲਾਂ ਹੋਣਗੀਆਂ ਖਾਰੀਆਂ ਲਈ ਯਾਰ ਵੀ ਲਾਈਵ ਵਾਲੇ ਬੈਠੇ ਆਓ ਪੱਲੇ 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 ਤੀਰ ਖੇੜੇ ਵਾਲਾ ਡਿੱਗਿਆ ਫਿਰਦਾ ਬੜੀ ਦੂਰੋਂ ਆਇਆ ਮੁੰਡਾ ਨੰਬਰ 5 ਹੋ ਗਿਆ ਲਾਲੀ ਲਾਲੀ ਔਰ ਤਾੜੀਆਂ ਮਾਰ ਦਿਓ ਭਾਈ ਜੀ 5 ਨੰਬਰ ਹੋ ਗਏ 5 ਨੰਬਰ ਬਰਾਬਰ ਗਗਨ ਬਲਿਆਣਾ ਕਹਿੰਦਾ ਜੇ ਮੁੰਡੇ ਜਿੱਤਣ ਖੜਵਾਲੀ ਵਾਲੇ ਤੇ 500 ਦਾ ਵੱਡੇ ਮਾਣ ਕਰਾਂਗੇ। ਹਾਂਜੀ ਬਾਕੀ 500 ਦੇ ਨਾਲ ਕਹਿੰਦੇ ਵੱਡੇ ਮਾਣ ਹੋਣਗੇ ਖੇਡ ਮੈਦਾਨ ਦੇ ਵਿੱਚ। ਆਓ ਬਰਾਬਰੀ ਦੇ ਕੰਮ ਚੱਲਣਾ ਹੈ, ਇੱਥੇ ਚੱਲੇਗਾ ਚੱਲੂ ਵੀ ਨਾਲ ਤੇਰੇ ਟੇਟਾ ਦੋ ਵਾਲੀ, ਇੱਥੇ ਚੱਲੇਗਾ ਚੱਲੂ ਵੀ ਨਾਲ ਤੇਰੇ ਗੱਲ ਕਹਿੰਦੇ ਪਹਿਲਾਂ ਵੀ ਵੱਡੇ ਵੱਡੇ ਤੋਰੇ ਆ, 19-21 ਹੋ ਗਈ ਗੱਲ ਹੋਰ ਤੋਂ ਹੋਰ ਬਣ ਜਾਣੀ ਹੈ। ਸਾਰੇ ਭਰਾ ਸਾਰੇ ਸ਼ੇਰ ਵੀਰੇ ਗਰੁੱਪਾਂ ਚ ਆਪਣੇ।
ਰੋਸਕ ਦਾ ਇਲਾਕਾ ਹੈ, ਟੀਮਾਂ ਦੋਨੋਂ ਬੰਦੀਆਂ ਦਰਬੰਦੀਆਂ, ਉਹਨੇ ਨਿਕਲੇ ਸਿਰ ਕਮਾਲ ਕਰ ਦਿੱਤੀ ਹੈ। ਇੱਕ ਇੱਕ ਨੰਬਰ ਬੜਾ ਕੀਮਤੀ ਹੈ, ਨੰਬਰ ਕੜਵਾਲੀ ਦੀ ਟੀਮ ਦੇ ਲਈ ਜੁੜਦਾ ਹੋਇਆ ਹੈ। ਅੱਜ ਕਹਿੰਦੇ ਨੱਥੇ ਵਾਲੀ ਦਰਮੇ ਦਾ ਟੀਮਾਂ ਸੱਦਣ ਦੇ ਲਈ ਸਾਡੇ ਭਰਾ ਦਾ ਬਹੁਤ ਵੱਡਾ ਯੋਗਦਾਨ ਹੈ, ਵੱਡਾ ਧੰਨਵਾਦ ਆਪਾਂ ਕਰਾਂਗੇ। ਬੜੇ ਸਤਿਕਾਰ ਜੋ ਵੀਰ ਹੈ ਨੱਥੇ ਵਾਲੀਏ, ਬੜਾ ਪਿਆਰ ਜਦੋਂ ਵੀ ਇਸ ਇਲਾਕੇ ਦੇ ਵਿੱਚ ਆਏ ਹੈ ਸਾਡੇ ਭਰਾਵਾਂ ਨੇ ਬਖਸ਼ਿਆ ਹੈ, ਤੇ ਵਾਹਿਗੁਰੂ ਨੇ ਪਿਆਰ ਬਣਾਈ ਰੱਖੇ। 10:43 ਦਾ ਸਮਾਂ ਘੜੀ ਤੇ ਹੋ ਗਿਆ ਹੈ, ਇਹਦੇ ਬਾਅਦ 2-3 ਮੈਚ ਹਲੇ ਆਪਣੇ ਕੋਲ ਹੋਰ ਬਾਕੀ ਹੈ ਤੇ ਗੱਲਾਂ ਕਰਨੇ ਲੱਗਣਗੀਆਂ। ਟਿਕਾਣੇ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ, ਖੇਡ ਮੈਦਾਨ ਦੇ ਵਿੱਚ ਰਹੋ ਮੁੰਡੇ ਖੜਵਾਲੀ ਵਾਲੇ ਕਹਿੰਦੇ ਬੱਲੇ ਬੱਲੇ ਕਰਵਾ ਰਹੇ ਹੈ, ਵੱਡੇ ਕਹਿੰਦੇ ਮਾਣ ਹੋ ਰਹੇ ਬੜੇ ਮਿੱਤਰੋ। ਇੱਧਰੋਂ ਭਰਾ ਨੇ ਸਾਡੇ ਜ਼ਿੰਦਗੀ ਦੇ ਕਹਿੰਦੇ ਅਰੀਨ ਮਿੱਤਰਾ ਪੱਲੇ ਚੋੜੀਆਂ ਤੋੜੀਆਂ ਨੇ ਲੋਕੋ ਲਵੀ ਬੋਰਜੋਰੀ ਸਿੰਘ ਵਾਲੇ ਤਾੜੀ ਤੇ ਮਾਰ ਰਹੇ ਹਨ ਮੁੰਡਿਆਂ ਦੇ ਲਈ, ਕਮਾਲ ਕਰੀ ਆਉਂਦੇ ਆ। ਲਵੀ ਖਾਲਸਾ ਦੇ ਤੇ ਸਾਰੀ ਪ੍ਰੈਕਟਿਸ ਕਰਕੇ ਜਾਊਗਾ ਬੋਰਜੋਰੀ ਸਿੰਘ ਵਾਲਾ, ਗੱਲਾਂ ਕਹਿੰਦੇ 3 ਨੰਬਰ ਗਰਾਊਂਡ ਤੇ ਮਿਹਨਤ ਲਾਉਂਦਾ ਪਿੰਡ ਵਾਲੇ ਮੁੰਡੇ ਵੀ ਹੈ, ਕਹਿੰਦੇ ਵੀ ਕੱਲ ਨੂੰ ਗੱਲਾਂ ਲਾ ਦੇਗੇ ਟਿਕਾਣੇ। ਗੁਰਪ੍ਰੀਤ ਬੁਰਜ ਫਰੀ, ਹਰਜੀਤ ਭਲੇਰ ਪੀਤਾ ਖਰੇਰ ਕਨੇਡਾ, ਪੀਪੀ ਬੁਰਜ ਫਰੀ ਸੱਕ ਲਾਲਾ ਤੇ ਨਾਲ ਕਹਿੰਦੇ ਮੇਰੇ ਮਿੱਤਰੋ ਰਾਣੂ ਭਰਾ ਸਾਡਾ ਖੜਵਾਲੀ ਤੇ ਭਾਵੇਂ ਚੋੜਪੁਰੀ ਆ, ਤੇ ਰੁਪਈਆ 1100 ਦੇ ਰਿਹਾ ਗੇ, 1100 ਨੇ ਵੱਡੇ ਦੇਣੇ, ਮਾਣ ਕਰਦੇ ਗੇ ਵੀਰ ਸਾਡੇ ਕਹਿੰਦੇ ਆ ਉਹਨਾਂ ਨੇ ਤੇਰੀ ਟੀਮ ਦਿੱਤੀ। ਪਵਨ ਚੌਹਾਨ ਕਹਿੰਦਾ ਜੀ ਅੱਜ ਖੜਵਾਲੀ ਵਿਨ ਕਰਦੀ ਆ, ਬਲਿਆਣਾ ਦੇ ਟੂਰਨਾਮੈਂਟ ਦੇ 9 ਮਾਰਚ ਨੂੰ 1100 ਦਾ ਸਨਮਾਨ ਕਰਾਂਗੇ। 9 ਮਾਰਚ ਨੂੰ ਬਲਿਆਣਾ ਦੇ ਟੂਰਨਾਮੈਂਟ ਦੇ ਗਗਨ ਬਲਿਆਣਾ ਕਹਿੰਦਾ ਵੀ ਜੇ ਖੜਵਾਲੀਆਂ ਦੇ ਮੁੰਡੇ ਪਵਨ ਚੌਹਾਨ ਉਹ ਕਹਿੰਦਾ ਜੇ ਮੁੰਡੇ ਜਿੱਤਦੇ ਨੇ ਤੇ ਸੋਨੀ 1100 ਨਾਲ 1100 ਨੂੰ ਵੱਡਾ ਸਨਮਾਨ ਕਰ ਦਿਆਂਗੇ। ਲਾਲੀ ਨੰਬਰ ਕਹਿੰਦੇ ਸੋਹਣੇ ਵੀਰ ਹੈਲੋ, ਬਹੁਤ ਸੋਹਣਾ ਮੈਚ ਖੜਵਾਲੀ ਦੀ ਟੀਮ ਦੇ ਲਈ ਜੁੜ ਗਿਆ, ਖੜਵਾਲੀ ਵਾਲਾ ਗੱਭਰੂ ਪਿਆਰ ਵਰ ਪਿਆਰ ਹੈ। ਨੰਬਰ ਦੱਸਦੀ ਧੋਨੀ ਸਾਹਿਬ ਕਿੰਨੇ ਕਿੰਨੇ ਹੈ। ਹੈਲੋ, ਮੈਂ ਵੀ ਮੈਨੂੰ ਲੱਗਦਾ ਹਰਭੇਤ ਕੈਦੀ ਸਾਡਾ ਵੀਰ ਹੈ, ਮੈਨੂੰ 3-5 ਮੈਚ ਸੋਹਣਾ ਖੇਡਿਆ ਜਾ ਰਿਹਾ। 3 ਨੰਬਰ ਜਨਾਲ ਵਾਲੇ ਮੁੰਡਿਆਂ ਦੇ ਤੇ 5 ਨੰਬਰ ਸੋ ਹੋ ਗਏ, 6 ਨੰਬਰ ਰੈਸਰ ਦੀ ਟੀਮ ਦੇ ਮੈਚ ਨੰਬਰ ਦਾ ਉੱਧਰ ਬਾਲਾ ਤਕੜਾ ਹੈ, ਭੈਣ ਯਾਰ ਦੀ ਮਾੜੀ ਨਿਗਾਹ ਨਾਲ ਦੇਖੇ ਇਹਦੇ ਵਰਗਾ ਕੋਈ ਗੁਨਾਹ ਹੈ ਨੀ, ਸਦਾ ਸੱਚ ਤੇ ਨੇਕੀ ਦੇ ਬਲ ਤੋਰੇ, ਉਹਦੇ ਵਰਗਾ ਮਿੱਤਰੋ ਕੋਈ ਗੁਨਾਹ ਹੈ ਨੀ, ਕਮਾਈ ਹੱਕ ਦੀ ਕਰਜੇ ਟੱਬਰ ਪਾਲੇ, ਉਸ ਬੰਦੇ ਜਿਹਾ ਕੋਈ ਸਾਹ ਹੈ ਨੀ, ਹਾਕਮ ਵਾਲੀਆ ਬਸ ਮਤਲਬ ਖੋਰਾ ਤੋਂ ਇੱਥੇ ਦਾ ਕਿਸੇ ਦਾ ਕੋਈ ਗੁੱਸਾ ਹੈ ਨੀ, ਉੱਥੇ ਦੇ ਕਿਸੇ ਦਾ ਕੋਈ ਗੁੱਸਾ ਹੈ ਨੀ। ਉਹ ਕਹਿੰਦੇ ਗੱਲਾਂ ਹਾਕਮ ਵਾਲੀ ਨੇ ਦਰਸ਼ਨ ਨੇ ਲਿਖੀਆਂ, ਪ੍ਰਸਿੱਧ ਲੇਖ ਸਾਡੀ ਖੇਡ ਦਾ, ਪਰ ਨੰਬਰ ਆਪਾਂ ਦੇਖਿਆ ਵੀ ਖੇਡ ਮੈਦਾਨ ਦੇ ਵਿੱਚ ਫਿਰ ਰਹਿ ਸਕੀਆਂ ਦੇ ਖਾਤੇ ਜੁੜ ਗਏ ਹੈ। ਸੋਹਣਾ ਮੈਚ ਖੇਡਿਆ ਜਾ ਰਿਹਾ ਹੈ, ਟੱਕਰ ਬੜੀ ਜਾਨਦਾਰ ਹੈ, ਸੋਹਣੇ ਗੱਭਰੂ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਹੀ ਹੈ, ਗੱਭਰੂ ਦੇਸ਼ ਮੇਰੇ ਦੇ ਸੋਹਣੇ ਮੋਹਣੇ ਆਗੇ ਵਿੱਚ ਮੈਦਾਨਾਂ ਦੇ ਆਪ ਦੇਖਣ ਵਾਲੇ ਹੁੰਦੇ ਦੇ ਉੱਤੇ ਜ਼ੋਰ ਜਵਾਨਾਂ ਦੇ ਜ਼ੋਰ ਦੇ ਵੱਡਾ ਮੈਚ ਅੱਗੇ ਦਿੰਦਾ ਖੇਡ ਮੈਦਾਨ ਦੇ ਵਿੱਚ। ਪ੍ਰਿੰਸ ਧਾਲੀਵਾਲ ਕੀ ਹਾਲ ਨੇ ਬਾਈ,
ਜੈ ਧੋਨ ਤੇ ਬੋਲੀ ਬੋਲੀ ਵਾਲ ਜੀ ਦੱਸੋ ਨੰਬਰ ਜਿਹੜਾ ਕਿੰਨੇ ਹੈ ਇੱਕ ਮਿੰਟ ਦੀ ਬਾਈ ਬੁੱਟੇ ਦੀਪ ਮਹਿਕ ਸਾਡਾ ਵੀਰੋ ਕਹਿੰਦਾ ਜੇ ਓਕੇ ਓਕੇ ਜੈ ਧੋਨ ਕਰਾਉਣੇ ਬਾਈ ਦੋ ਬਾਲਾਂ ਲਾ ਦੇ ਪਾਸੇ ਪ੍ਰਿੰਸ ਹੈਗਾ ਬਾਲੀਵਾਲ ਲਾਈਵ 25-0-0 ਬੰਨ ਵੀਰੇ ਬਹੁਤ ਬਹੁਤ ਧੰਨਵਾਦ ਵੀਰ ਸਾਡਿਆਂ ਦਾ ਤੇ ਨਾਲ ਹੀ ਉਧਰੋਂ ਪ੍ਰਿੰਸ ਫਿਲਹਾਲ ਦੀ ਕੈਨੇਡਾ ਭਰਾ ਸਾਡਾ ਕਹਿੰਦੇ ਲਾਈਵ ਜਿਹੜਾ ਬੈਠਾ ਪ੍ਰਿੰਸ ਛੇ ਤੇ ਸੱਤ ਨੰਬਰ ਜੋਧਪੁਰੀਆ ਸੱਤ ਨੰਬਰ ਖੜਵਾਲੀਆ ਲੈਂਦੇ ਆ ਲੈ ਵੀ ਉੱਧਰ ਵੀ ਇੱਕ ਵਾਰੀ ਨੰਬਰ ਦਾ ਨੰਬਰ ਸੁਣੇ ਵੀਰ ਸੱਤ ਨੌ ਨੌ ਤੇ ਤਿੰਨ ਨੌ ਤੇ ਤਿੰਨ ਨੰਬਰ ਸਾਰਾ ਮੈਚ ਉੱਧਰ ਵੀ ਪਕੜਾ ਹੈ ਮੈਚ ਇੱਧਰ ਵੀ ਪਕੜਾ ਹੈ ਮਾੜੇ ਸਮੇਂ ਵਿੱਚ ਕਦੇ ਤੋਲੀ ਦਾ ਨਹੀਂ ਹੁੰਦਾ ਬੋਲ ਜਾਵੇ ਕੋਈ ਅੱਗੇ ਬੋਲੀ ਦਾ ਨਹੀਂ ਹੁੰਦਾ ਕਈ ਵੀ ਉਡੀਕ ਹੁੰਦੀ ਟੈਮ ਚੰਗੇ ਦੀ ਵਕਤ ਗਵਾਹੀ ਦਿੰਦਾ ਫਿਰ ਚੰਗੇ ਬੰਦੇ ਦੀ ਆਹ ਵਕਤ ਗਵਾਹੀ ਦਿੰਦਾ ਫਿਰ ਚੰਗੇ ਬੰਦੇ ਦੀ ਇੱਧਰ ਕਹਿੰਦੇ ਸਾਡਾ ਚੇਂਜ ਹੋ ਗਈ ਹੈ ਤੇ ਸਫਲ ਦਾ ਕਹਿੰਦੇ ਰਹਿ ਸਕਦੀ ਟੀਮ ਦੇ ਖਾਤੇ ਜੁੜੀ ਹੈ ਪਰ ਮੈਨੂੰ ਲੱਗਦਾ ਵੀ ਖੜਵਾਲੀ ਵਾਲੇ ਕੁਝ ਕਰਕੇ ਜਾਣਗੇ ਖੜਵਾਲੀ ਵਾਲੇ ਤੇ ਸੋਹਣੇ ਖੇਡੀ ਤੁਰੇ ਖੇਡੀ ਜਾਂਦੀ ਹੈ ਸਾਹਮਣੇ ਪਿਆਰ ਹੈ ਗੱਭਰੂ ਕੋਈ ਕਰੀ ਗੱਲ ਵੱਡੇ ਦੀ ਮੈਨੂੰ ਅੱਜ ਇਹਨਾਂ ਦੇ ਰਾਤ ਗੱਠੋਰ ਲੱਗਦੇ ਆ ਅੱਜ ਮੁੰਡਿਆਂ ਨੇ ਵੱਡੀਆਂ ਵੱਡੀਆਂ ਟੀਮਾਂ ਨੇ ਵੀ ਸੀਟਾਂ ਫਰਾਈਆਂ ਨੇ ਅੱਜ ਤੇ ਫੇਰੇ ਹੋਏ ਨੇ ਖੜਵਾਲੀਆਂ ਦੇ ਮੁੰਡੇ ਰੋਤਕ ਦੇ ਇਲਾਕੇ ਤੋਂ ਚੱਲ ਕੇ ਆਏ ਨੇ ਬੜੀ ਦੂਰੀ ਤੇ ਕੀਤੀ ਮੁੰਡਿਆਂ ਨੇ ਤੇ ਦੂਜੇ ਪਾਸੇ ਵੀ ਜਿਹੜੇ ਸਰਸੇ ਤੋਂ ਚੱਲ ਗਿਆ ਹੀ ਟੀਮ ਆ ਮੁੰਡੇ ਯੋਰਪੁਰੀਏ ਪਰ ਅੱਜ ਰੈਸਰ ਵਾਲਾ ਜੱਸਾ ਦੇ ਇਲਾਕੇ ਦਾ ਮੇਲਾ ਸੇਡਾ ਉੱਧਰ ਚੇਰ ਕਰ ਗਿਆ ਫਾਈਨਲ ਕਰਨਾ ਕਹਿੰਦੇ ਕਿ ਕਦਮ ਅੱਗੇ ਅੱਲੂ ਵੱਧਦਾ ਜਾਂਦਾ ਪਰ ਫਿਰ ਜਿੱਥੋਂ ਜਿੱਤ ਗਈ ਸੁੱਖ ਗਾਂ ਵੀ ਨੀ ਲਾਲੀ ਹੋਣੀ ਬੈਠੇ ਪੱਟਾਂ ਦੇ ਥਾਪੀਆਂ ਮਾਰਦੇ ਆ ਕਵੀ ਗੱਗੀ ਕੱਲੇ ਨੰਬਰ ਨੀ ਕੱਢਦੇ ਗੱਗੀ ਹੋਣੀ ਦੇ ਕੱਲੇ ਨੰਬਰ ਨੀ ਕੱਟੀਆਂ ਦੇ ਨਵੀਂ ਜੋੜਪੁਰੀਓ ਜਿਹੜਾ ਜਿੱਤ ਗਿਆ ਖੜਵਾਲੀਆ ਉਹ ਬੈਠੇ ਨੰਦਗੜ ਵਾਲੇ ਪੱਟਾਂ ਦੇ ਥਾਪੀਆਂ ਮਾਰਦੇ ਆ ਕਹਿੰਦੇ ਆਡੋ ਮਾਸੀ ਦੇ ਪੁੱਤੋ ਦਿੰਨੇ ਆ ਬਾਜਰਾ ਮਲ ਕੇ ਕਿਆ ਗੱਲਾਂ ਕਹਿੰਦੇ ਹੋਣਗੀਆਂ ਉਹ ਗੱਲਾਂ ਹੋਣਗੀਆਂ ਲੋਗੋ ਸਮੇਂ ਕਰ ਲਈ ਕਹਿੰਦੇ ਮੁੰਡਾ ਜੋੜਪੁਰੀਆ ਫੁੱਲ ਪਾਣੀ ਤੋਂ ਤੋੜਨਾ ਮਾੜਾ ਮੁੱਖ ਸੱਜਣਾ ਤੋਂ ਮੋੜਨਾ ਮਾੜਾ ਹਿੰਦੀ ਬਹੁਤਾ ਪੈਸਾ ਜੋੜਨਾ ਮਾੜਾ ਇੱਥੇ ਨਾ ਕੋਈ ਕੁਝ ਲੈ ਕੇ ਜਾਂਦਾ ਨੀ ਸਭ ਰੱਬ ਦਾ ਲਿਖਿਆ ਦਾਣਾ ਪਾਣੀ ਹੈ ਕਿਸੇ ਤੋਂ ਕੋਈ ਕਿਸੇ ਤੋਂ ਲੈ ਕੇ ਖਾਂਦਾ ਨੀ ਸਭ ਰੱਬ ਦਾ ਲਿਖਿਆ ਦਾਣਾ ਪਾਣੀ ਹੈ ਕੋਈ ਕਿਸੇ ਤੋਂ ਲੈ ਕੇ ਖਾਂਦਾ ਨੀ ਉਹ ਕਹਿੰਦੇ ਗੱਲਾਂ ਖੇਡ ਮੈਦਾਨ ਦੇ ਤਿੰਨੇ ਗੰਗਾ ਵਾਲੇ ਨੇ ਲਿਖੀਆਂ ਬੜਾ ਵਧੀਆ ਮੁਕਾਬਲਾ ਹੈ ਇੱਕ ਰੈਸਰ ਦੀ ਟੀਮ ਫਾਈਨਲ ਦੇ ਕਹਿੰਦੇ ਨੇੜੇ ਤੇੜੇ ਹੈ ਇੱਧਰ ਮੁੰਡੇ ਕੁਆਟਰ ਖੇਡ ਰਹੇ ਆ ਖੇਡ ਮੈਦਾਨ ਦੇ ਵਿੱਚ ਮੈਚ ਇੱਧਰ ਵੀ ਬੜਾ ਯਾਦਗਾਰ ਖੇਡਿਆ ਜਾ ਰਿਹਾ ਹੈ ਕੁਆਟਰ ਦੇ ਕਹਿੰਦੇ ਮੁੰਡੇ ਬਿਲਕੁਲ ਨੇੜੇ ਤੇੜੇ ਜੇ ਫਾਈਨਲ ਦੇ ਨੇੜੇ ਤੇੜੇ ਜੇ ਹੈ ਇੱਧਰ ਕੁਆਟਰ ਸੈਮੀ ਦੇ ਨੇੜੇ ਇੱਕ ਟੀਮ ਹੋਵੇਗੀ ਦੀਪ ਮਹਿਕਾ ਹੋਣਾ ਗੱਲ ਥੋੜੇ ਸਮੇਂ ਦੀ ਹੈ ਸਮਾਂ ਬਲਵਾਨ ਹੈ ਖੇਡ ਮੈਦਾਨ ਦੇ ਵਿੱਚ ਬੜਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋਨੋਂ ਟੀਮਾਂ ਕਹਿੰਦੇ ਮੰਨੀਆਂ ਪ੍ਰਵੰਨੀਆਂ ਟੀਮਾਂ ਟੱਕਰ ਸਿਰੇ ਦੀ ਹੈ ਖੇਡ ਮੈਦਾਨ ਦੇ ਵਿੱਚ ਉਧਰੋਂ ਵੀਰ ਸਾਡਾ ਤੁਹਾਡਾ ਵੀ ਰਹਿੰਦਾ ਰੈਂਟ ਅਕਲਾ ਵਾਲਾ ਵੀ ਕਰ ਦੋ ਵੀਰ ਹੈਲੋ ਹਾਂ ਸਰ
ਰਵੀ ਦਾ ਮੈਚ ਬਾਈ ਬਾਲੀਵਾਲ ਕੱਚੀ ਲਾਈਵ 0-0 ਬਣ ਗਏ ਬਾਈ ਸਰ ਤੁਸੀਂ ਉਧਰ ਐਂਟਰੀ ਦੇ ਦੀ ਰੈਂਟ ਪੂਰਾ 1200 ਲੈ ਲਈ ਕਹਿੰਦੇ ਨੰਬਰਦਾਰਾਂ ਦੇ ਮੁੰਡਿਆਂ ਦੀਆਂ ਹੁੰਦੀਆਂ ਅੱਜ ਨੰਬਰਦਾਰਾਂ ਦਾ ਮੁੰਡਾ ਆਇਆ ਹੋਇਆ ਬੜਾ ਤਕੜਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਉੱਧਰ ਕਹਿੰਦੇ ਬੜੀ ਯਾਦਦਾਰ ਹੈ ਟੀਮਾਂ ਦੀ ਕਮਾਲ ਦੀਆਂ ਤੇ ਖੇਡ ਮੈਦਾਨ ਦੇ ਵਿੱਚ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ ਲੱਗੀ ਤੁਰੀ ਆਉਂਦੀਆਂ ਨੇ ਬਹੁਤ ਬਹੁਤ ਧੰਨਵਾਦ ਲਓ ਸਾਹਮਣੇ ਕਹਾਣੀ ਕਹਿੰਦੇ ਟਿਕਾਣੇ ਲੱਗੂਗੀ ਮੇਰੇ ਮਿੱਤਰੋ ਹਾਂ ਕਹਾਣੀ ਉਹ ਟਿਕਾਣੇ ਲੱਗ ਜਾਣੀਏ ਬਸ ਅੱਡਿਆਂ ਵਿੱਚੋਂ ਫਾਲਤੂ ਨੇ ਰਾਜੇ ਘੁੰਮਦੇ ਸਲੋਸ ਹੋਟਲਾਂ ਚ ਖਾਂਦੀਆਂ ਮੈਂ ਹੋਰਾਂ ਵੇਖੀਏ ਕੁਝ ਪੁੱਤਰ ਨਸੇੜੀ ਰੋਲਦੇ ਨੇ ਬੁੱਢੇ ਮਾਪਿਆਂ ਨੂੰ ਧੀਆਂ ਪੱਗਦੀਆਂ ਕਰਦੀਆਂ ਮੈਂ ਲੀਰਾਂ ਵੇਖੀਏ ਜਿੰਦਰ ਹੂਰ ਕੇ ਬੇਚੀ ਨੀ ਜਮੀਰ ਜਿਨ੍ਹਾਂ ਨੇ ਮੈਂ ਅੱਜ ਉਹਨਾਂ ਦੀਆਂ ਦੁਖਦੀਆਂ ਤਸਵੀਰਾਂ ਵੇਖੀਏ ਬਾਕੀ ਜਿਹੜੇ ਆਪ ਨੀ ਵੇਖਦੇ ਉਹਨਾਂ ਦੀਆਂ ਤਸਵੀਰਾਂ ਵੇਖਦੀਆਂ ਜਿਹੜੇ ਕਹਿੰਦੇ ਜਿੰਨਾ ਦੇ ਜਮੀਰ ਨੀ ਵੇਖਦੇ ਉਹਨਾਂ ਦੀਆਂ ਕਹਿੰਦੇ ਤਸਵੀਰਾਂ ਵੇਖਦੀਆਂ ਨੇ ਮੇਰੇ ਮਿੱਤਰੋ ਗੱਲਾਂ ਕਹਿੰਦੇ ਵੱਡੀਆਂ ਹੁੰਦੀਆਂ ਨੇ ਮੇਰੇ ਮਿੱਤਰੋ ਐਂ ਕਰਦੇ ਹੁੰਦੇ ਆ ਪਹਿਲਾਂ ਵੀ ਵੀਰੇ ਬੇਨਤੀ ਹੈ ਮੇਰੀ ਹੈ ਹਾਂਜੀ ਹਾਂਜੀ ਲਾਈਵ ਹੈਗਾ ਵੀਰੇ ਅਕਵਾਲ ਵੀਰੇ ਬਾਲੀਵਾਲ ਲਾਈਵ 21-0-1 ਸਿੰਧਿਆ ਖੇਡੀ ਟੀਮ ਮੈਚ ਲੂਜ ਕਰਕੇ ਪਹਿਲੇ ਸੈਮੀਫਾਈਨਲ ਜਿਹੜਾ ਚੱਲੀ ਜਾਂਦਾ ਉਹਦਾ 500 ਨਾਲ ਵੱਡਾ ਕਹਿੰਦੇ ਮਾਣ ਕਰਨਾ ਬਾਈ ਜਟਾਣਾ ਬਾਈ ਜਟਾਣਾ ਲਾਈਵ ਤੇ ਅਜੇ ਕੋਚ ਅੱਜ ਬੈਸਟ ਨਿਕਲਦਾ ਤਾਂ ਲਹਿੰਗੇ ਵਾਲੇ ਟੂਰਨਾਮੈਂਟ ਦੇ 2100 ਨਾਲ ਸਨਮਾਨ ਕਰਦਾ ਵਾਹ ਵਾਹ ਉਧਰੋਂ ਬਾਈ ਜਟਾਣਾ ਕਹਿੰਦੇ ਲਾਈਵ ਦਾ ਬੈਠਾ ਬਾਈ ਰਵੀਰ ਜਟਾਣਾ ਕਹਿੰਦੇ ਲਾਈਵ ਦਾ ਬੈਠਾ ਮੇਰੇ ਵੀਰੋ ਉਹ ਭਰਾ ਸਾਡਾ ਕਹਿੰਦਾ ਵੀ ਜੇ ਕੋਚ ਅੱਜ ਦੇ ਟੂਰਨਾਮੈਂਟ ਦਾ ਬੈਸਟ ਬਣ ਰਿਹਾ ਤੇ ਆਪਾਂ 2100 ਦਾ ਵੱਡੇ ਮਾਣ ਕਰ ਦਾਂਗੇ ਜਿਹੜੀ ਟੀਮ ਮੈਚ ਲੂਜ ਕਰਕੇ ਉਧਰੋਂ ਪਹਿਲੇ ਸੈਮੀ ਚੋਂ ਲਈ 500 ਰੁਪਇਆ ਬਾਈ ਸਾਡਾ ਸੀਪ ਆਸਟ੍ਰੇਲੀਆ ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ ਹਾਸਿਆਂ ਤੋਂ ਵੱਧ ਕੇ ਤਵੱਜੋ ਬੋਈ ਦੀ ਨੀ ਚੌੜ ਨੂੰ ਹਾਸਿਆਂ ਤੋਂ ਵੱਧ ਕੇ ਤਵੱਜੋ ਬੋਈ ਮਾਰੀ ਦੇ ਨੀ ਲਲਕਾਰੇ ਲਗਾਉਣ ਨੂੰ ਹਾਲਾਤ ਹੀ ਸਿਖਾਉਂਦੇ ਆ ਕਹਿ ਗਿਆ ਤਾਂ ਬਸ ਭਾੜਾ ਹੁੰਦਾ ਏ ਸਦਾ ਸੰਭਲ ਕੇ ਚੱਲੀ ਸੱਜਣਾ ਮਾੜਿਆ ਕੰਮਾਂ ਦਾ ਤਾਂ ਮਾੜਾ ਹੁੰਦਾ ਏ ਸਦਾ ਸੰਭਲ ਕੇ ਚੱਲੀ ਸੱਜਣਾ ਮਾੜਿਆ ਕੰਮਾਂ ਦਾ ਤਾਂ ਮਾੜਾ ਹੁੰਦਾ ਲਾਲੀ ਨੰਬਰ ਕਿੰਨੇ ਕਿੰਨੇ ਹੋ ਗਏ ਬਾਈ ਦਸ ਤੇ ਸੱਤ ਨੀ ਟੱਕਰਾ ਵਧੀਆ ਕਰਾਂ ਇੱਥੇ ਹਰ ਬੰਦੇ ਨੂੰ ਹੈ ਮਿਲਦੀ ਪਨਾਹ ਜਿਹਨੇ ਤੇਰਾ ਮੇਰਾ ਇਹ ਕਰਾਇਆ ਮੇਲ ਨਹੀਂ ਹੈ ਬੜਾ ਸ਼ੁਕਰਾਨਾ ਮੈਂ ਤਾਂ
ਉਸ ਰੱਬ ਦਾ ਜਿਹਨੇ ਤੇਰਾ ਮੇਰਾ ਏ ਕਿਰਾਇਆ ਮੇਰੇ ਲਈ ਮੇਰੀ ਗੁਰਵੀਰ ਆ ਹਜ਼ਾਰ ਯਾਰਾਂ ਦਾ ਯਾਰ ਹੈ ਤੇ ਸਟਾਰਾਂ ਲਈ ਸੋਨੀ ਸਟਾਰ ਹੈ ਫਿਲਹਾਲ ਵਾਲਾ ਕਹਿੰਦੇ ਗੁਰਵੀਰ ਗੱਲਾਂ ਸੁਣਦੀਆਂ ਨੇ ਮੇਰੇ ਮਿੱਤਰੋ ਕਰਦੇ ਕਹਿੰਦੇ ਵੱਡੇ ਹੁੰਦੇ ਆ ਆਓ ਭਰਾ ਹੈ ਸਾਡਾ ਕਹਿੰਦੇ ਜਿਹਦੇ ਨਾਲ ਖੜਦਾ ਤੇ ਇੱਕ ਥਾਂ ਕੇ ਖੜਦਾ ਆਓ ਗੱਲਾਂ ਕਹਿੰਦੇ ਹੁੰਦੀਆਂ ਨੇ ਜਦੋਂ ਲਿਖਦਾ ਤੇ ਲੈ ਸੋਨੀ ਬੜਾ ਠੋਕ ਠੋਕ ਕੇ ਲਿਖਦਾ ਕੱਲਾ ਕੱਲਾ ਅੱਖਰ ਫਿਲਹਾਲ ਵਾਲੇ ਦਾ ਲੋਕਾਂ ਦੀ ਮੇਰੇ ਵੀਰੋ ਸਮਝ ਦੇ ਵਿੱਚ ਆਉਂਦਾ ਹੈ ਲਓ ਸਾਹਮਣੇ ਕਹਿੰਦੇ ਆਹ ਕਹਾਣੀ ਕਹਿੰਦੇ ਟਿਕਾਣੇ ਦੇ ਦੀ ਲਾ ਰੱਤੀ ਆ ਲਾਵੀ ਹੁਣ ਹੁਣ ਜਿਹੜੀ ਸਿੰਘ ਵਾਲੇ ਅਰ ਸੋਨੇ ਵੀ ਚਾਹ ਤੂੰ ਪੀ ਲਓ ਥੋੜਾ ਰੈਸਟ ਕਰ ਲਓ ਮਿਲਦੀ ਹੈ ਮੇਰੀ ਲਵੀ ਗੈਨੀ ਦੀ ਅਰ ਥੋੜਾ ਰੈਸਟ ਕਰ ਲਓ ਚਾਹ ਤੂੰ ਪੀ ਲਓ ਜ਼ੋਰ ਬਹੁਤ ਹੋ ਗਿਆ ਕਮਾਲ ਦਾ ਨੰਬਰ ਜੋੜ ਦਿੱਤਾ ਮੈਂ ਤੋਂ ਬਾਲਾ ਤਕੜਾ ਖੇਡਿਆ ਜਾ ਰਿਹਾ ਮਰਦ ਨੂੰ ਤਾਨਾ ਕੋਚ ਨੂੰ ਤਾਨਾ ਲੱਕੜ ਨੂੰ ਥਾਨਾ ਰਗੜ ਕੇ ਧਰ ਜਾਂਦੇ ਪਿਆ ਬਸੋੜਾ ਵਿਗੜਿਆ ਘੋੜਾ ਰੂੜਿਆ ਸੋੜਾ ਤਿੰਨੇ ਕੁਝ ਸਰਦੇ ਨੇ ਛੋਟੂ ਨਹੀਂ ਆਇਆ ਵੀਰੇ ਫਾਰਮਨ ਸੈਟਾ ਸੈਟਾ ਸੱਤਾ ਹਾਰ ਗਿਆ ਵੀਰੇ ਦਾ ਪੱਟਿਆ ਜੋਧਪੁਰੀ ਨੂੰ ਹਾਰ ਗਿਆ ਕਦੇ ਆਉਂਦੇ ਨਹੀਂ ਬਨਾਰ ਸੀ ਠੱਗ ਸਿਰੋਂ ਲੱਗੀ ਪੱਗ ਤੇ ਹਾਰ ਦੀ ਅੱਗ ਤਿੰਨੇ ਗੱਲਾਂ ਬੁਰੀਆਂ ਦੁੱਤੋ ਤੰਗ ਬਣੇ ਦੀ ਖੰਗ ਤੇ ਕਹਿੰਦੇ ਹਾਂਜੀ ਹਾਂਜੀ ਵਟਸਐਪ ਚੈੱਕ ਕਰੋ ਸੁਰਿੰਦਰ ਵੀਰੇ ਵਟਸਐਪ ਚੈੱਕ ਕਰੋ ਔਰ ਰੰਡੀ ਰੋਣੇ ਉਗਰਾਂ ਦੇ ਬਹੁਤ ਸੋਹਣਾ ਮੁਕਾਬਲਾ ਹੈ ਫਿਰ ਮੈਦਾਨ ਦੇ ਵਿੱਚ ਬਹਾਦਰ ਗੜੀਆ ਰਵੀ ਹਾਂਜੀ ਹਾਂਜੀ ਇਮਰਾਨ ਖਾਨ ਆਇਆ ਜੱਸਾ ਆਇਆ ਵੀਰੇ ਬੱਲੇ ਬੱਲੇ ਕਰਵਾ ਰਹੇ ਹੈ ਐਸਾ ਆ ਭਾਈ ਬਾਲੀਵਾਲ ਲਾਈਵ 0-0 ਬਣ ਕੇ ਲੱਗਦਾ ਵੀ ਲੀਡ ਬਣਾ ਗਏ ਹੈ ਆਓ ਕੰਡੋ ਜੋਗ ਤੇ ਲੀਡ ਬਣਾ ਗਏ ਹੈ ਬਾਬਾ ਲਦਾਣਾ ਨਹੀਂ ਆਈ ਨਹੀਂ ਆਈ ਵੀਰੇ ਜੱਸੇ ਨਾਲ ਰਵੀ ਆ ਵੀਰੇ ਰਵੀ ਆ ਜੱਸੇ ਨਾਲ ਲਓ ਨੰਬਰਦਾਰਾ ਦੱਸਦੇ ਸੋਹਣੇ ਨੰਬਰ ਕਿੰਨੇ ਕਿੰਨੇ ਹੈ ਨਵੀਂ ਤੁਹਾਡੀ ਉੱਧਰ ਕਿੰਨੇ ਕਿੰਨੇ ਹੋ ਨੰਬਰ ਬਹਾਦਰ ਗੜੀਏ ਮੈਂ ਦੱਸਿਆ ਵੀ ਜੱਸੇ ਕਈ ਦਿਨਾਂ ਦੀ ਓਕੇ ਰਿਪੋਰਟੀਆਂ ਸੋਹਣਿਆ ਵੀਰਾ ਆਓ ਗੱਲਾਂ ਦੇ ਟਿਕਾਣੇ ਹੀ ਨੇ ਭਾਰੀ ਵਾ ਖੜਵਾਲੀ ਦੇ ਸਕੂਲ ਆ ਰਹੇ ਆਪ ਹੋਏ ਮੋਰੇ ਆਓ ਗੱਲਾਂ ਦੇ ਟਿਕਾਣੇ ਲੱਗੀਆਂ ਨੇ ਲੋਕੋ ਫਿਰ ਦੇ ਮੈਦਾਨ ਦੇ ਵਿੱਚ ਹਾਸੀਆਂ ਖੇਡੀਆਂ ਨੇ ਭਰਾਵਾਂ ਦੇ ਨਾਲ ਮੇਲੇ ਜੱਸੇ ਰਹਿੰਦੇ ਆ ਮੇਰੇ ਵੀਰੋ ਨਵੀਂ ਤੁਹਾਡੀ ਨੰਬਰ ਇੱਧਰ ਕਿੰਨੇ ਕਿੰਨੇ ਆ ਕੀ ਹਾਲ ਨੇ ਵੀਰੇ ਬੜਾ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਨੰਬਰ ਦਾਰਾ ਕਿੰਨੇ ਨੰਬਰ ਇਹਦੇ ਜੋਧਪੁਰ ਵਾਲਿਆਂ ਦੇ ਦੱਸੀ ਇੱਕ ਵੀਰੀ ਸੋਲਾਂ ਛੇ ਇੱਧਰ ਆਏ ਰੈਕੋਰਡ ਵਾਲਿਆਂ ਦੇ ਰੈਸਰ ਵਾਲਿਆਂ ਦੇ ਕਿੰਨੇ ਹੋ ਗਏ ਸੋਹਣਾ ਮੈਚ ਖੇਡਿਆ ਜਾ ਰਿਹਾ ਸੋਲਾਂ ਨੰਬਰ ਹੈ ਰੈਸਰ ਵਾਲੇ ਮੁੰਡਿਆਂ ਦੇ ਕਹਿੰਦੇ ਬਹੁਤ ਵੱਡਾ ਪੈ ਗਿਆ ਹੈ ਆਸਟ੍ਰੇਲੀਆ ਦਾ ਵੀਰ ਸਾਡਾ ਬਿੰਦੂ ਗਰੁੱਪ ਆਸਟ੍ਰੇਲੀਆ ਵਾਲਾ ਉਹ ਭਰਾ ਸਾਡਾ ਕਹਿੰਦਾ ਵੀ ਰਵੀ ਦੇ ਅੱਜ ਫਾਈਨਲ ਜਿੱਤੇ ਤੇ ਆਪਾਂ ਰਾਇਸਰ ਦੇ ਟੂਰਨਾਮੈਂਟ ਤੇ ਰਵੀ ਦਾ ਸਨਮਾਨ 5 ਕਿਲੋ ਖੋਇਣਾ ਕਰਦਾ ਕਹਿੰਦਾ ਵੀ ਇੱਕ ਵਾਰੀ ਤਾੜੀ ਮਾਰਦੇ ਮੇਰੇ ਵੀਰੋ ਐਂਡ ਸਿਹਤ ਲਈ ਏਦਾਂ ਦੀਆਂ ਖੁਰਾਕਾਂ ਦਾ ਵੀ ਬੜੀਆਂ ਜ਼ਰੂਰੀ ਨੇ ਮੈਂ ਵੀ ਜੱਸੇ ਅੱਜ ਤੈਨੂੰ ਕਿਹਾ ਜੋਰ ਲਾ ਲਾ ਜਿਹਨੇ ਰੇਂਜਰਾਂ ਦੇਣੀਆਂ ਨੇ ਮੇਰੇ ਖਿਲਾਫ਼ 3 ਰੇਂਜਰ ਸਾਈਕਲ ਦੇਣੇ ਆ 8 ਕਰਤੇ ਵੀ ਸਾਡੇ ਨੇ ਚੱਲਦੇ ਮੈਚਾਂ ਦੇ ਵਿੱਚ ਲੈਣੀ ਸੋਨੀ
ਆਖੇ ਚ ਸਾਈਕਲ ਲੱਗਣਿਆ ਗੱਲਾਂ ਕਹਿੰਦੇ ਹੋਣਗੀਆਂ ਜਿਹੜਾ ਖਿਡਾਰੀ ਟੌਪ ਤੇ ਖੇਡੂਗਾ ਤੇ ਬਿੰਦੂ ਆਸਟ੍ਰੇਲੀਆ ਵਾਲਾ ਉਹ ਕਹਿੰਦਾ ਰੇਂਜਰ ਰਵਾਂਗੇ ਭਰਾ ਸਾਡਾ ਕਹਿੰਦਾ ਜੇ ਰਵੀਆ ਤੇ ਫਾਈਨਲ ਜਿੱਤ ਗਿਆ ਤੇ 5 ਕਿਲੋ ਖੋਆ 5 ਕਿਲੋ ਖੋਆ ਦੇਣਾ ਨਵੇਂ ਬਹਾਦਰ ਕਰੀਆ ਤੇ ਗੱਲਾਂ ਹੋਰ ਟਿਕਾਣੇ ਲੱਗ ਜਾਣ ਪਹਿਲੇ ਹੀ ਲੋਟ ਆਉਂਦਾ ਹੈ 10:00 ਕਹਿੰਦੇ 9 ਮਿੰਟ ਦਾ ਸਮਾਂ ਹੋ ਗਿਆ ਮੈਚ ਬੜੇ ਤਕੜੇ ਖੇਡੇ ਜਾ ਰਹੇ ਆ ਬੱਲੇ 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 ਕਈ ਦੇਖਣਾ ਸਾਨੂੰ ਨਹੀਂ ਚਾਹੁੰਦੇ ਹੋਏ ਕੋਈ ਦੇਖਣਾ ਸਾਨੂੰ ਨਹੀਂ ਚਾਹੁੰਦੇ ਤੇ ਕਈ ਜਾਨ ਤੋਂ ਵੱਧ ਕਰੇ ਪਿਆਰ ਜਾਂਦੇ ਕਈ ਨਿੰਦਿਆ ਸਾਡੀ ਦਿਨ ਰਾਤ ਕਰਦੇ ਤੇ ਕਈ ਸੱਚੇ ਦਿਲੋਂ ਕਰੇ ਸਤਿਕਾਰ ਜਾਂਦੇ ਕਈ ਮਿੱਟਦਾ ਨਹੀਂ ਵਿਸ਼ਵਾਸ ਕਰਦੇ ਤੇ ਕਈ ਜਾਨ ਬਾਰਨ ਦਾ ਕਰੀ ਇਕਰਾਰ ਜਾਂਦੇ ਅਮਨ ਪ੍ਰਾਰਥਨਾ ਮੰਗੋ ਸੁਖ ਰੱਬ ਕੋਲੋ ਉਹਦੀ ਕਾਮਯਾਬੀ ਤੇ ਖਾਈ ਖਾਰ ਜਾਂਦੇ ਉਹਦੀ ਕਾਮਯਾਬੀ ਤੇ ਖਾਈ ਖਾਰ ਜਾਂਦੇ ਇੱਧਰ ਮੈਚ ਸਮਾਪਤ ਹੈ ਰਹਿਸਰ ਦੀ ਟੀਮ ਜਿਹੜੀ ਫਾਈਨਲ ਦੇ ਵਿੱਚ ਪ੍ਰਵੇਸ਼ ਕਰਦੀ ਹੈ ਰਹਿਸਰ ਦੇ ਬੰਦੇ ਮੈਨੂੰ ਲੱਗਦਾ ਵੀ 2.5 ਕਿਲੋ ਖੋਏ ਦੇ ਨੇੜੇ ਤੇੜੇ ਲੱਗ ਗਿਆ ਮੁੰਡਾ 2.5 ਕਿਲੋ ਖੋਏ ਦੇ ਕਸ਼ਿਪ ਧੌਣ ਬਾਈ ਕਹਿੰਦਾ ਜੇ ਖੜਵਾਲੀ ਕਸ਼ਿਪ ਧੌਣ ਖੜਵਾਲੀ ਜਿੱਤੇ 500 ਜੇ ਖੜਵਾਲੀ ਜਿੱਤੇ ਤੇ 500 ਦੇ ਵੱਡੇ ਮਾਣ ਹੋਣਗੇ ਖਾਸੇ ਕਸ਼ਿਪ ਧੌਣ ਸਾਡਾ ਵੀਰ ਉਹ ਕਹਿੰਦਾ ਵੱਡੇ ਮਾਣ ਕਰ ਦਿਆਂਗੇ ਆਹ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਮਿੱਤਰੋ ਇਹ ਭਰਾ ਇਹ ਸਾਡੇ ਕਹਿੰਦੇ ਚਰਚੇ ਕਰਵਾ ਦਿੱਤੇ ਆ ਲੈ ਵੀ ਸੀਪ ਉਹਨਾਂ ਨੇ ਕੀਤੇ ਉਹਨੇ ਮੈਨੂੰ ਲੱਗਦਾ ਵੀ ਇੱਕ ਘੰਟੇ ਚ ਟੂਰਨਾਮੈਂਟ ਰੱਖਦਾ ਰਾਏ ਕਰਕੇ ਲੈ ਵੀ ਸੋਢੀ ਇੱਕ ਘੰਟੇ ਦੇ ਵਿੱਚ ਸਾਡੇ ਵੀਰਾਂ ਨੇ ਟੂਰਨਾਮੈਂਟ ਰੱਖਤਾ ਲੈ ਵੀ ਬੁੱਟੇ ਤਿੰਨ ਵੀ ਮੈਨੂੰ ਲੱਗਦਾ ਤਿੰਨਾਂ ਦੇ ਵਿੱਚ ਹੀ ਟੂਰਨਾਮੈਂਟ ਕਰਾਤਾ ਇਹਦੇ ਬੁਰਜ ਹਰੀ ਵਾਲੇ ਹੈ ਇਹਦੇ ਵੱਡੇ ਵੱਡੇ ਕੱਪ ਕਰਵਾ ਸਕਦੇ ਹੈ ਜਿਨ੍ਹਾਂ ਦਾ ਬਜਟ ਕਹਿੰਦੇ ਲੱਖਾਂ ਦੇ ਵਿੱਚ ਹੈ ਇਹ ਨੰਬਰਦਾਰ ਹੈ ਇਹਦੀ ਚੀਜ਼ ਇਹਨਾਂ ਲਈ ਬਹੁਤ ਛੋਟੀ ਹੈ ਇਹਦੀ ਚੀਜ਼ ਬਹੁਤ ਛੋਟੀ ਹੈ ਇਹਦੇ ਮੇਜਰ ਲੀਗ ਦਾ ਵੱਡਾ ਕੱਪ ਕਰਵਾ ਸਕਦੇ ਹੈ ਆਪਣੀ ਗੱਲਾਂ ਬਹੁਤ ਛੋਟੀਆਂ ਹੈ ਬੁਰਜ ਹਰੀ ਦੀ ਧਰਤੀ ਅੱਜ 11 ਦੇ ਯਾਰ ਪੁੱਜੇ ਹੋਏ ਹੈ ਬਹੁਤ ਵਧੀਆ ਮੇਲਾ ਹੈ ਨਵੀਂ ਬੁੱਟਿਆ ਸੀਪ ਬਾਈ ਦੀਆਂ 2 ਤਰੀਕ ਨੂੰ ਮੈਨੂੰ ਲੱਗਦਾ ਵੀ ਸ਼ੰਭਿਆ ਵਾਪਸੀਆਂ ਨੇਗੀਆਂ ਤੇ ਭਰਾ ਸਾਡਾ ਕਹਿੰਦਾ ਵੀ ਪਿੰਡ ਚ ਰੌਣਕ ਮੇਲਾ ਲਾ ਕੇ ਜਾਣਾ ਤੇ ਟੂਰਨਾਮੈਂਟ ਕਰਵਾ ਕੇ ਜਾਣਾ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਤੇ ਸਾਰੇ ਯਾਰ ਵੀ ਕਹਿੰਦੇ ਮੋਢੇ ਨਾਲ ਮੋਢਾ ਰੋੜ ਕੇ ਖੜੇ ਆ ਸਾਰੇ ਹੀਰਾਂ ਦਾ ਹੋੜੀਆਂ ਚਲੋ ਤਿੰਦੀ ਗੱਗੋ ਰਾਣਾ ਕਹਿੰਦਾ ਵੀ ਗੱਗੋਰਾਂ ਦੇ ਟੂਰਨਾਮੈਂਟ ਵੀ ਆਪਾਂ ਸੋਨੀ ਦਾ ਵੱਡਾ ਮਾਣ ਕਰ ਦਿਆਂਗੇ ਐਨ ਗੱਲਾਂ ਹੁੰਦੀਆਂ ਵੀ ਮੋਢੇ ਚੰਗੇ ਪਿੜ ਤੇ ਮਾੜਾ ਕਹਿਣਾ ਦੋਹਰੇ ਦੀ ਨਿਸ਼ਾਨੀ ਹੁੰਦੀ ਏ ਤੇ ਬਗਾਨੇ ਤੇ ਬਗਾਨਿਆਂ ਦੇ ਮਾਰ ਨਾਲ ਕਿੱਥੋਂ ਮਰਦਾ ਏ ਬੰਦਾ ਇਹ ਤੇ ਆਪਣਿਆਂ ਦੀ ਮਿਹਰ ਮਾਰ ਜਾਂਦੇ ਹੈ ਉਹ ਗੱਲਾਂ ਵੀ ਕਹਿੰਦੇ ਹੋਰ ਹੋ ਜਾਂਦੀਆਂ ਨਵੇਂ ਨੰਬਰਦਾਰਾ ਨੰਬਰ ਜ਼ਰੂਰ ਦੱਸਦੇ ਸੋਹਣੇ ਕਿੰਨੇ 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 ਨਵੀਂ ਨੰਬਰ ਦੇ ਦੱਸ ਸੋਹਣੇ ਦੀ ਲਾਲੀ ਨੰਬਰ ਕਹਿੰਦੇ 10 ਤੋਂ 12 ਬੜਾ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਆਪਾਂ ਦੇਖ ਰਹੇ ਹਾਂ
ਟੱਕਰ ਜਾਨਦਾਰ। ਮੈਂ ਵੀ ਚਨਾਲ ਵਾਲੇ ਮੇਰੇ ਵੀਰ 500 ਰੁਪਏ ਲੈ ਜਾਓ ਜੀ ਬਾਈ ਸੀ ਆਸਟ੍ਰੇਲੀਆ ਵੱਲੋਂ ਜਿਹੜੀ ਵੀ ਮੈਚ ਲੂਜ ਕਰਨੀ ਸੀ ਇਹਦੇ ਲਈ ਸੈਮੀ ਸੀ ਨਾ ਬਾਈ 500 ਰੁਪਏ ਹਾਂਜੀ ਸੈਮੀ ਤੋਂ ਲਓ ਜਨਾਲ ਵਾਲੇ ਮੁੰਡੇ ਆਪਣਾ 500 ਪ੍ਰਾਪਤ ਕਰ ਲੈਣਗੇ ਆ ਕੇ ਸੀ ਬਾਈ ਆਸਟ੍ਰੇਲੀਆ ਨੇ ਲਾਇਆ ਸੀ ਵੱਡਾ ਧੰਨਵਾਦ ਹੈ ਨਸ਼ੇ ਤੋਂ ਨਸ਼ਾ ਕਹਿੰਦੇ ਸਮੈਕ ਦਾ ਮਾੜਾ ਮਾੜਾ ਇਸ ਤੋਂ ਜਨਾਨੀਆਂ ਦਾ ਬਾਪੂ ਬੰਦੇ ਨੂੰ ਲਾਂਗ ਤਾਂ ਜੱਗ ਦਿੰਦਾ ਹੈ ਲੋਕ ਕਰਦੇ ਨੇ ਮਾਣ ਭਗਤਾਂ ਤੇ ਬਾਨੀਆਂ ਦਾ ਹੱਥ ਤੋਂ ਵੱਧ ਬੰਦਾ ਗਰੀਬ ਮਾੜਾ ਬਹੁਤਾ ਪੈਸਾ ਵੀ ਦੂਰ ਹੈ ਪਰੇਸ਼ਾਨੀਆਂ ਦਾ ਰਾਜ ਲੋਹੜੀ ਵਾਲਾ ਸੱਦ ਕੇ ਆਏ ਸਾਰੇ ਤੂੰ ਵੀ ਪੂਰਾ ਮਾਣ ਲੈ ਨਿੱਘ ਜਵਾਨੀਆਂ ਦਾ ਜਵਾਨੀ ਦਾ ਨਿੱਘ ਹੈ ਜਵਾਨੀ ਦੀ ਬਹਾਰ ਹੈ ਨੱਚਦੀ ਟੱਪਦੀ ਜਵਾਨੀ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਹੀ ਹੈ ਇੱਕ ਮਿੰਟ ਮੇਰਾ ਵੀ ਦੇਖ ਲਿਆ ਵੀ ਕੋਟ ਤੁਸੀਂ ਮੈਨੂੰ ਇੱਕ ਦਿਨ ਵੀ ਅਨਿਲ ਬਾਈ ਬਾਲ ਫੜ ਲਿਆ ਮੇਰਾ ਵੀ ਤੇ ਵੀ ਕੀ ਤੁਸੀਂ ਸਿੱਧਾ ਰੈਫਰੀ ਦਾ ਫੈਸਲਾ ਜੇ ਮੈਂ ਕੋਈ ਵਿੱਚ ਬੋਲੂ ਤੇ ਮੇਰਾ ਵੀ ਤੁਹਾਨੂੰ ਪਤਾ ਹੀ ਹੈ ਉਹ ਰੈਫਰੀ ਫੈਸਲਾ ਸੁਣਾ ਦੇਣ ਕਿਲੇ ਵੀ ਮਨੋਜ ਆਪਾਂ ਨੂੰ ਮੰਨਣਾ ਪੈਣਾ ਮੈਦਾਨ ਵਿੱਚ ਮੁੰਡੇ ਪਹਿਲਾਂ ਪਾਉਣਗੇ ਆਓ ਸੁਪਰ ਹੋਰ ਡਿਫੈਂਸਰਾਂ ਦੇ ਯਾਰੋ ਬਾਲਾਂ ਲਾਉਣਗੇ ਸੁਪਰ ਹੋਰ ਡਿਫੈਂਸਰਾਂ ਦੇ ਬਾਲਾਂ ਲਾਉਣਗੇ ਅੱਜ ਕਹਿੰਦੇ ਬਾਲਾਂ ਲੱਗ ਰਹੀਆਂ ਫੈਸਲੇ ਪਲ ਹੋਣਗੇ ਰੈਫਰੀ ਕਹਿੰਦੇ ਬੜੇ ਮੰਨੇ ਪ੍ਰਗੰਨੇ ਹੈ ਮੁੰਡਾ ਨੇ ਆਪ ਖੇਡ ਖੇਡੀ ਹੈ ਲੱਗੀ ਹੋਈ ਹੈ ਮੁੰਡੇ ਆਓ ਜੀ ਮੇਰੇ ਵੀਰ ਜਨਾਲ ਵਾਲੇ ਭਰਾ ਸਾਡੇ ਲਈ ਮੁੰਡੇ ਪਰ ਮੈਂ ਥੋੜਾ ਲੇਟ ਤੇ ਹੋਏ ਸੀਗੇ ਪਰ ਵੀਰਾਂ ਨੇ ਗਰਾਊਂਡ ਸਾਂਭ ਲਿਆ ਫਿਰਦੇ ਤੈਨੂੰ ਪਤਾ ਵੀ ਹੈ ਆਪਣਾ ਤੇ ਮੇਲਾ ਫਿਰ ਥੋੜਾ ਲੇਟ ਹੋ ਜਾਣਾ ਸੀ ਵਾਕਈ ਸਿਰ ਤੇ ਗੱਲਾਂ ਹੋਰ ਹੋ ਜਾਣੀਆਂ ਸੀ ਸਿਰ ਤੇ ਗੱਲਾਂ ਹੋਰ ਹੋ ਜਾਣੀਆਂ ਸੀ ਹੁਣ 12 ਤੋਂ 13 ਕੌਣ ਕਰਦਾ ਜੋਧਪੁਰੀਆ ਕੋਚ ਤੇ ਕਹਿੰਦੇ ਰੱਬ ਨਾਲ ਗੱਲਾਂ ਲਾਈ ਤੁਰ ਆਉਂਦਾ ਹੈ ਹੁਣ 12 ਤੋਂ 13 ਕੌਣ ਕਰਦਾ ਗੱਲ ਸਮੇਂ ਦੀ ਹੋਵੇਗੀ ਖੇਡ ਮੈਦਾਨ ਦੇ ਵਿੱਚ ਸਮਾਂ ਬਲਵਾਨ ਸਮੇਂ ਦੀ ਕਦਰ ਕਰੋ ਹੋ ਚੱਲਦਾ ਆਪਣੀ ਚਾਲ ਸਮੇਂ ਦੀ ਨਰਜ ਫੜੋ ਫਿਰ ਕਹਿੰਦੇ ਸੱਦੋ ਦਾ ਖੜਵਾਲੀ ਦੇ ਖਾਤੇ ਜੁੜ ਗਈ ਹੈ ਰਵੀ ਹਰਤੇਜ ਜੈਜੀ ਉਹ ਭਰਾ ਕਹਿੰਦਾ ਵੀ ਆਪਾਂ 200 ਨਾਲ ਅਗਲੇ ਖੇਡ ਮੇਲੇ ਤੇ ਜੀਤ ਸਾਡਾ ਵੀ ਜਨਾਲ ਵਾਲਾ ਤੇ ਵੱਡੇ ਮਾਣ ਕਰਾਂਗੇ ਬਹੁਤ ਤਗੜਾ ਖੇਡੇ ਜਨਾਲ ਵਾਲੇ ਮੁੰਡੇ ਵੀ ਬਹੁਤ ਬਹੁਤ ਮਾਰਕਾਂ ਨੇ ਮੈਂ ਵੀ ਜਨਾਲ ਦੀ ਟੀਮ ਵੀਰੇ ਆ ਜਾਓ ਮੇਰਾ ਵੀਰ ਪ੍ਰਾਈਜ਼ ਲੈ ਕੇ ਜਾਓ ਜੀ ਜਨਾਲ ਦੀ ਟੀਮ ਵੀਰੇ ਮੈਂ ਬੇਨਤੀ ਕਰਦਾ ਵਰਮਾ ਐਂਡ ਮੇਰੇ ਵੀਰੇ ਥੋੜੇ ਦਿਨ ਪਹਿਲਾਂ ਹੀ ਕਹਿੰਦੇ ਗੱਲਾਂ ਟਿਕਾਣੇ ਲੱਗੀਆਂ ਨੇ ਵੀ ਤਾਰਾ ਖੜਕ ਪਈਆਂ ਖੜਕੇ ਦੇਖ ਮੁਟਿਆਰੇ ਚੜਦੇ ਵੱਡੇ ਮੇਰੇ ਵੀਰੋ ਐਨ ਕਹਾਣੀ ਕਹਿੰਦੇ ਲਓ ਸਾਹਮਣੇ ਹਾਂ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਐਨ ਕਹਾਣੀ ਕਹਿੰਦੇ ਟਿਕਾਣੇ ਜਿਹੜੀ ਲਾ ਦਿੱਤੀ ਮੁੰਡਿਆਂ ਨੇ ਹਾਂ ਸਹੀ ਗੱਲ ਆ ਵੀਰੇ ਵੀ ਤੂੰ ਕਿਉਂ ਘਬਰਾਉਂਦੀ ਆ ਜਿਹੜੀ ਜਿੱਦ ਫੋਕੇ ਫੈਕਟਰ ਨਾ ਭਰੇ ਬੜੀ ਵੱਡੀ ਹੈ ਧਾਰੀ ਜੱਟਾਂ ਦੀ ਤੇ ਦਿਨੇ ਵਿਖਾ ਦੇਣਗੇ ਤਾਰੇ ਸ਼ੇਰੂ ਨਹੀਂ ਹੈਗਾ ਬੜੀ ਕੀ ਯਾਰ ਹੈ ਇੱਕੀ ਤੇ ਜਿਹੜੇ ਮੋਢਾ ਜੋੜ ਕੇ ਨਾਲ ਖੜੇ ਫੱਟੇ ਚੱਕ ਦੇਣਗੇ ਨਹੀਂ ਹੈਗੇ ਸੁੱਖ ਨਾ ਮਿੱਤਰਾਂ ਦੇ ਨਵੀਂ ਟਿੱਕੂ ਵਰਮਾ ਜੀ ਆਏ ਹੋਏ ਨੇ ਜਿਹਨਾਂ ਦੀ ਯਾਰੀ ਕਹਿੰਦੇ ਸ਼ਾਹਪੁਰ ਵਾਲੇ ਲਾਟੀ ਦੇ ਨਾਲ ਅੱਜ ਵੀ ਬਰਕਰਾਰ ਹੈ ਵਾਹ ਜੀ ਵਾਹ ਕਿਆ ਬਾਤ ਹੈ ਤੇ ਲਾਟੀ ਦਾ ਵੀ ਬੁੱਟੇ ਰਹਿੰਦਾ ਕੈਨੇਡਾ ਦੀ ਧਰਤੀ ਤੇ ਹਾਂ ਸਿੱਕਾ ਚੱਲਦਾ ਕਹਿੰਦੇ ਨਿੱਤ ਮੈਨਾਂ ਦੀ ਦੁਨੀਆਂ ਦੇ ਵਿੱਚ ਸਾਹ ਭਰੀਏ ਲਾਡੀ ਦਾ ਭਾਵੇਂ ਫਿਰ ਤੂੰ ਤ੍ਰਿਊ ਕਲਰ ਦੇ ਫੋਟੋ ਤੇ ਇੱਕ ਕਰ ਲਈ ਵਰਦੇ ਦੀ ਫੇਸਬੁੱਕ ਤੇ ਫੋਟੋ ਤੇ ਕਹਿੰਦੇ ਲਾਟੀ ਨਾਲ ਹੀ ਰਹਿਣੀ ਆ ਸਾਹ ਭਰੀਏ ਲਾਟੀ ਨਾਲ ਯਾਰੀ ਆ ਬਰਮੇ ਦੀ
ਤੇ ਸਕੇ ਭਰਾਵਾਂ ਤੋਂ ਫੜ ਕੇ ਪਿਆਰਾ ਹੈ ਮੁੰਡਾ ਭਗ ਮੇਰੇ ਮਿੱਤਰੋ ਬਰਮਿਆਂ ਦਾ ਹੈ ਪਰ ਸਰਦਾਰੀ ਕਾਇਮ ਰੱਖੀ ਹੋਈ ਆ ਐਨ ਮੇਰੇ ਮਿੱਤਰੋ ਭਰਾ ਸਾਡੇ ਨੇ ਲੱਖੋ ਵਾਲੀ ਆ ਬਰਮਾ ਸ਼ਾਹਪੁਰੀਏ ਕੁੰਡੀ ਦਾ ਯਾਰ ਆਇਆ ਕੁੰਡੀ ਦਾ ਯਾਰ ਹੈ ਯਾਰੀਆਂ ਵੀ ਕਹਿੰਦੇ ਕੋਈ ਕੋਈ ਪਗਾ ਸਕਦਾ ਹੈ ਯਾਰੀਆਂ ਪਗਾਉਣੀਆਂ ਗੱਲ ਬਹੁਤ ਵੱਡੀ ਗੱਲ ਹੈ ਯਾਰ ਕਹਿਣਾ ਸੌਖਾ ਹੈ ਤੇ ਪਰ ਯਾਰੀ ਨਿਭਾਉਣੀ ਗੱਲ ਬਹੁਤ ਵੱਡੀ ਹੈ ਇਹ ਵੀ ਕੋਈ ਟਾਵਾਂ ਟਾਵਾਂ ਨਿਭਾ ਸਕਦਾ ਹੈ ਬਾਕੀ ਕਹਿੰਦੇ ਬੜਾ ਪਿਆਰ ਹੈ ਨੱਥੋ ਵਾਲੀ ਬਰਮੇ ਦੇ ਨਾਲ ਇੱਥੇ ਵਾਹਿਗੁਰੂ ਪਿਆਰ ਲਾਡੀ ਦਾ ਬਣਾਈ ਰੱਖੇ ਬਹੁਤ ਸੋਹਣਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਬਹੁਤ ਸਾਹਮਣੇ ਮੈਨੂੰ ਲੱਗਦਾ ਵੀ ਨੰਬਰ 13 ਹੋ ਗਏ ਤੇਰਵਾਂ ਨੰਬਰ ਲੱਗ ਗਿਆ ਬੜੇ ਲੰਬੇ ਸਮੇਂ ਬਾਅਦ ਨੰਬਰ ਲੱਗਿਆ ਤੇਰਾਂ ਤੇ ਦਸ ਹੀ ਜੀ ਤੇਰਾਂ ਤੇ ਦਸ ਦੀ ਚੱਕਰ ਹੈ ਲਾਲੀ ਦਸ ਹੀ ਉੱਧਰ ਭਾਈ ਪੇਮੈਂਟ ਸਕਰੀਨਸ਼ਾਟ ਪਾ ਦੇ ਵੀਰੇ ਸਕਰੀਨਸ਼ਾਟ ਪਾ ਦੋ ਵੀਰੇ 13 ਤੇ 10 ਦੀ ਟੱਕਰ ਉੱਪਰ ਮੁੰਡੇ ਨੇ ਵੀ ਪੇਮੈਂਟ ਕਰੀ ਆ ਬਾਈ ਯਾਦ ਕਰ ਰਹੇ ਆ ਸਕਰੀਨਸ਼ਾਟ ਪਾ ਦੋ ਬਾਈ ਵਾਹ ਬੜਾ ਹੀ ਸੌਖਾ ਸਿਰੇ ਚੜਦਾ ਉਹ ਵਿਆਹ ਬੜਾ ਹੀ ਔਖਾ ਸਿਰੇ ਚੜਦਾ ਜਿਹੜੇ ਵਿਆਹ ਦੇ ਤਸੰਗਤ ਹੁੰਦੀ ਕਿੱਚ ਕਿੱਚ ਹੋਵੇ ਉਹ ਕਹਿੰਦਾ ਸਮਾਂ ਬਸ ਨੂੰ ਸਹੁਰਿਆਂ ਦੇ ਜਨਾਨੀ ਨੂੰ ਪੇਕੇ ਜਾਣ ਤੋਂ ਬਹੁਤੀ ਖਿੱਚ ਹੋਵੇ ਉਹ ਪਰਿਵਾਰ ਕਦੇ ਨੀ ਇਕੱਠਾ ਰਹਿਣ ਦਿੰਦੀ ਪੈਸਾ ਖਾਣ ਦਾ ਲਾਲਚ ਜਿਹੜੀ ਜਨਾਨੀ ਦੇ ਵਿੱਚ ਹੋਵੇ ਲੰਘਿਆ ਨਹਿਰਾਣਿਆ ਉਹ ਹੁੰਦਾ ਨੀ ਬੰਦਿਆਂ ਚੋਂ ਬੰਦਾ ਜਿਹੜਾ ਕਿਸੇ ਦੇ ਕੰਮ ਵਿੱਚ ਡਾਉਂਦਾ ਵਿੱਚ ਹੋਵੇ ਹੋ ਲੰਘਿਆ ਨਹਿਰਾਣਿਆ ਜਿਹੜਾ ਕਿਸੇ ਦੇ ਕੰਮ ਚ ਨਾਉਂਦਾ ਢੁੱਸ ਹੋਵੇ ਗੱਲਾਂ ਕਹਿੰਦੇ ਲੰਘਿਆ ਨੀ ਰਾਣੇ ਦੀ ਕਲਮ ਨੇ ਲਿਖੀ ਹੈ ਲਓ ਨੰਬਰ ਮੈਨੂੰ ਲੱਗਦਾ ਵੀ 14 ਹੋ ਗਿਆ ਹੈ ਖੇਡ ਮੈਦਾਨ ਦੇ ਵਿੱਚ ਇੱਕ ਹੋਰ ਸਫਲਤਾ ਦਾ ਮੁੰਡਿਆਂ ਨੇ ਵਾਧਾ ਕਰ ਦਿੱਤਾ ਹੱਥ ਵੀ ਉਹ ਲੱਗ ਸਕਦਾ ਜਨੂਰ ਹੋਣਾ ਚਾਹੀਦਾ ਹੋਵੇ ਉਹ ਮੁਸੀਬਤਾਂ ਦੀ ਅੱਗ ਫਾਰਨੀ ਪੱਪਾ ਖੂਨ ਹੋਣਾ ਚਾਹੀਦਾ ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਹੈ ਜਿਗਰੇ ਹੁੰਦੇ ਨੇ ਜਿਨ੍ਹਾਂ ਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਹੈ ਜਿਗਰੇ ਹੁੰਦੇ ਨੇ ਜਿਨ੍ਹਾਂ ਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਹੈ ਹੌਸਲੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਹੈ ਹੌਸਲੇ ਤੇ ਬੰਬ ਨੇ ਮੁੰਡਿਆਂ ਦੇ ਮੁੰਡਿਆਂ ਤੋਂ ਜਿੱਤ ਹੀ ਨਾ ਸੁੱਖ ਦਾ ਸਾਗੇ ਦੀ ਵਰਨਾ ਜੀ ਆਨੰਦਗੜ੍ਹ ਵਾਲੇ ਡੀਕਦੇ ਆ ਹਰ ਫਰਾਜ ਵਾਲੇ ਪਿੰਡ ਦਾ ਉਮਰ ਭਾਵੇਂ ਛੋਟੀ ਆ ਪਰ ਮੇਰੇ ਮਿੱਤਰੋ ਮਿਹਨਤ ਬਹੁਤ ਵੱਡੀ ਆ ਰਵਿੰਦਰ ਵੀ ਆ ਹੋਇਆ ਕਾਫੀ ਭੈਣੀ ਪਿੰਡ ਮੁੰਡੇ ਦਾ ਤੇ ਰਵਿੰਦਰ ਦੇ ਅੱਜ ਮੈਨੂੰ ਲੱਗਦਾ ਵੀ ਹੈ ਪਹਿਲੂ ਕੱਪ ਜਿੱਤਿਆ ਲੈ ਕਰਦੇ ਵੱਡੇ ਆ ਕਾਫੀ ਭੈਣੀ ਵਾਲਾ ਪ੍ਰੈਕਟਿਸ ਬਹੁਤ ਲਾਈ ਤੁਰਿਆ ਆਉਂਦਾ ਇਹ ਪਿੰਡ ਘੁਆੜੇ ਦੇ ਲਾਗੇ ਕਰਕੇ ਪਿੰਡ ਹੈ ਮੇਰੇ ਖਿਆਲ ਨਾਲ ਲੈ ਵੀ ਚਿੜੀ ਉਹਦੀ ਮੁੰਡੇ ਦੇ ਪਿੰਡ ਦੇ ਮੁੰਡੇ ਦਾ ਕਰੇਡ ਖੇਡਦੇ ਆ ਪੱਲਾਂ ਹੁੰਦੀਆਂ ਨੇ ਕਾਫੀ ਭੈਣੀ ਵਾਲਿਆਂ ਦੀਆਂ ਤੇ ਮੇਰੇ ਵੀਰੇ ਕਿਸਾਨ ਮੇਲਾ ਵੀ ਵੱਡਾ ਕਰਾਇਆ ਕਾਫੀ ਭੈਣੀ ਦੀ ਧਰਤੀ ਤੇ ਕੁਹਾੜੇ ਦੇ ਲਾਗੇ ਕਰਕੇ ਪੈ ਜਾਂਦਾ ਇੱਕ ਸਾਲ ਕੁਹਾੜੇ ਦੇ ਵਿੱਚ ਮੀਡੀਅਮ ਦਾ ਮੇਲਾ ਹੋਇਆ ਤੇ ਬੈਸਟ ਨੂੰ ਚਾਂਦੀ ਦੇ ਕੜੇ ਪਾਏ ਗਏ ਤੇ ਉਹ ਕੜੇ ਦਾ ਕਹਿੰਦੇ ਗਿੱਲਾ ਵਾਲਾ ਲਵ ਜੇਤੂ ਬਣਿਆ ਤੇ ਗੱਲਾਂ ਹੁੰਦੀਆਂ ਨੇ ਇੱਕ ਜਸ਼ਨ ਨੇ ਜਿੱਤਿਆ ਤੇ ਇੱਕ ਕਹਿੰਦੇ ਗਿੱਲਾ ਵਾਲੇ ਲਵ ਨੇ ਤੇ ਮੇਰੇ ਮਿੱਤਰੋ ਬਹਿਦਾ ਬਹਿਦਾ ਕਰਾਈ ਆ ਜਦੋਂ ਕਹਿੰਦੇ ਹਿੰਮਤਪੁਰ ਵਾਲੇ ਬਚੀਏ ਤਗੜੇ ਜੋਰ ਵਿਖਾਏ ਲੈਣੇ ਵਾਲੀਆ ਆਹ ਗੱਲਾਂ ਕਹਿੰਦੇ ਹਿੰਮਤਪੁਰ ਵਾਲੇ ਰਾਜੂ ਬਚੀ ਦੀਆਂ ਹੋਈਆਂ ਮੇਰੇ ਮਿੱਤਰੋ ਇੱਧਰ ਵੀ ਮੈਚ ਤੇ ਤਗੜਾ ਲੈ ਵੀ ਨੰਬਰ ਅਸੀਂ ਸੋਹਣੇ ਵੀਰ ਜੱਸਾ ਫਾਈਨਲ ਦਾ ਵੀਰੇ ਫਾਈਨਲ ਦਾ ਜੱਸਾ ਵੀਰੇ 15 ਹੋ ਗਏ 14 ਨੰਬਰ ਹੋ ਗਏ ਹੈ ਅਜੇ ਨੰਬਰ ਵਾਲਾ 14 ਹੋ ਗਏ ਹੈ ਜਦੋਂ ਵਕਤ ਕਿਸੇ ਤੇ ਆਣ ਪੈਂਦਾ ਸੱਪ ਰੱਸੀਆਂ ਦੇ ਬਣ ਬਣ ਕੱਟਦੇ ਨੇ
ਗਹਿਰਾਂ ਦੇ ਪਾਸਾ ਦਾ ਹੀ ਗਹਿਰ ਰਹਿਣਾ। ਉਹ ਫੁੱਲੂ ਵਾਲੀ ਉਦੋਂ ਆਪਣੇ ਹੀ ਪਾਸਾ ਵੱਟਦੇ ਨੇ, ਉਦੋਂ ਆਪਣੇ ਹੀ ਪਾਸਾ ਵੱਟਦੇ ਨੇ। ਹਾਂ ਸਾਹਮਣੇ ਮੁੰਡਾ ਖੁੜਵਾਲੀ ਵਾਲਾ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ। ਨੰਬਰ ਇੱਕ ਇੱਕ ਕਹਿੰਦੇ ਬੜਾ ਕੀਮਤੀ ਹੈ ਖੇਡ ਮੈਦਾਨ ਦੇ ਵਿੱਚ। ਹਾਂ ਬੱਲੇ ਬੱਲੇ ਹੋਈ ਪਈ ਹੈ, ਬਾਲ ਆ ਲਈ 15 ਹੋ ਗਏ ਫਾਈਨਲ ਦੇ ਵਿੱਚ। ਤਲਵੀਰ ਰਾਣੂ ਵੀ ਆਇਆ ਹੋਇਆ ਮਾਨਕੀ ਪਿੰਡ ਜਿਹੜੇ ਮੁੰਡੇ ਦਾ ਇਸ ਨਗਰ ਦੇ ਵਿੱਚ ਚਾਰ ਰਿਸ਼ਤੇਦਾਰੀਆਂ ਕਰਦੇ ਮੁੰਡੇ ਦੇ 24 ਸੈਵਨ ਪੇ ਦੀ ਗੱਲ ਹੁੰਦੀ ਹੈ ਇੰਸਟਾਗ੍ਰਾਮ ਤੇ ਵਰਮਾ ਦੀ ਸਰਚ ਮਾਰਿਓ ਤੇ ਕਮੰਡੀ ਦੀ ਹਰ ਇੱਕ ਰਿਪੋਰਟ ਮਿਲ ਜਾਣੀ ਆ ਤੁਹਾਨੂੰ ਉਹ ਮੁੰਡੇ ਦੇ ਪੇ ਤੇ ਅੱਜ ਕੱਲ ਤੇ ਮੈਨੂੰ ਲੱਗਦਾ ਦਲਵੀਰ ਨੇ ਰੈਸਟੋਰੈਂਟ ਵੀ ਖੋਲ ਲਿਆ ਸਦੌੜ ਦੇ ਵਿੱਚ। ਤੇ ਗੱਲਾਂ ਕਹਿੰਦੇ ਹੁੰਦੀਆਂ ਨੇ ਜਦੋਂ ਆਪਾਂ ਜਾਂਦੇ ਹਾਂ ਰਾਏਕੋਟ ਤੋਂ ਮਰੇਲਕੋਟਰੇ ਨੂੰ ਤੇ ਰਸਤੇ ਦੇ ਵਿੱਚ ਕਹਿੰਦੇ ਇੱਕ ਸਦੌੜ ਮੇਰੇ ਵੀਰੋ ਅੱਜ ਕੱਲ ਪਿੰਡ ਦੀ ਅੱਜ ਕੱਲ ਤੇ ਮਿੰਨੀ ਸ਼ਹਿਰ ਬਣ ਗਿਆ ਸਦੌੜ ਵੀ ਤੇ ਉੱਥੇ ਕਹਿੰਦੇ ਰੈਸਟੋਰੈਂਟ ਵੀ ਖੋਲ ਲਿਆ। ਭਰਾ ਸਾਡੇ ਨੂੰ ਮੁਬਾਰਕਾਂ ਨੇ ਬਹੁਤ ਬਹੁਤ ਮੈਨੂੰ ਲੱਗਦਾ ਸਰਵਿਸ ਕਰਨ ਲਈ ਮਨੋਜ ਜੀ ਤਿਆਰ ਨੇ। ਮਨੋਜ ਖਾਰੀ ਵਾਲੇ ਕਹਿੰਦੇ ਮਹਾਨ ਕਰਦੇ ਆ ਕੋਈ ਖਰਚਾ ਨੀ ਗੱਗੀ ਨੰਦਗੜੀ ਦੇ ਮੁੰਡੇ ਵੀ ਆਏ ਜੀ ਗਰਾਊਂਡ ਦੇ ਨੇੜੇ ਸੈਮੀ ਮੈਚ ਖੇਡਣ ਦੇ ਲਈ। ਨੰਦਗੜ ਵਾਲੇ ਮੁੰਡੇ ਆ ਜਾਓ, ਬਹੁਤ ਸੋਹਣਾ ਮੈਚ ਖੇਡਿਆ ਜਾਣਾ ਹੈ। ਸਵਾਲਾਂ ਚ ਸਰੀਰ ਵਿੱਚੋਂ ਅੱਗ ਨਿਕਲੇ ਪੁੱਤ ਨਾਲ ਉੱਚੜੇ ਜੇ ਪਿੰਡੇ ਰਹਿੰਦੇ ਆ ਆਸੇ ਪਾਸੇ ਰਹਿਣ ਤੇ ਪਿੰਡਾਂ ਵਿੱਚ ਨੀ ਜਿਹੜੇ ਬਾਹਲੇ ਖਾਸ ਉਹ ਤਾਂ ਬਠਿੰਡੇ ਰਹਿੰਦੇ ਆ, ਜਿਹੜੇ ਬਾਹਲੇ ਖਾਸ ਉਹ ਤਾਂ ਬਠਿੰਡੇ ਰਹਿੰਦੇ ਆ। ਯੋਗਪੁਰ ਦੀ ਟੀਮ ਜਿੱਤਰੀ ਹੈ ਨੰਦਗੜ ਤੇ ਯੋਗਪੁਰ ਦੀਆਂ ਟੀਮਾਂ ਹੋ ਗਈ ਬਈ ਆ ਦੱਸਿਆ ਨੰਦਗੜ ਯੋਗਪੁਰ ਦੇ ਨਾਲ ਮੈਚ ਖੇਡਿਆ ਜਾਣਾ ਹੈ। ਮੈਚ ਆ ਵੀ